ਰਾਤ ਨਾਟਕ ਜਿਹਾ ਵੇਖਿਆ ਸੀ, ਉਹਦੇ 'ਚ ਉਹਨੇ ਬੰਦਾ ਹੀ ਬੱਸ 'ਚ ਕਰ ਲਿਆ ਸੀ, ਪਰ ਮੇਰਾ ਬੰਦਾ ਤਾਂ ਇਹੋ ਜਿਹਾ ਹੈ ਨਹੀਂ। ਮੀਤ ਦਾ ਕੀ ਭਰੋਸਾ, ਇਹਦੇ ਬਾਰੇ ਮੈਂ ਕੀ ਜਾਣਦੀ ਹਾਂ? ਬਸ ਇਕੱਲੀ ਸਰੀਕੇ 'ਚ ਦਰਾਣੀ ਜਠਾਣੀ ਹੈ, ਮੈਨੂੰ ਇਹਦੇ ਬਾਰੇ ਕੀ ਪਤਾ? ਬਾਕੀ ਭਾਈ ਗਰੀਬੀ ਤਾਂ ਸੌ ਕੁਛ ਕਰਵਾ ਦਿੰਦੀ ਹੈ, ਮਜਬੂਰੀ ਬੰਦੇ ਤੋਂ ਕੀ ਕੁਛ ਨਹੀਂ ਕਰਵਾਉਂਦੀ। ਅਗਲਾ ਬਾਅਦ 'ਚ ਐਂ ਕਹਿ ਦਿੰਦਾ ਵੀ ਭਾਈ ਮਜਬੂਰੀ 'ਚ ਹੋ ਗਿਆ। ਮੈਂ ਮਾੜਾ ਮੋਟਾ ਗੇੜਾ ਲਾ ਲਿਆ ਕਰ, ਹੁਣ ਤੈਨੂੰ ਵੀ ਪਤਾ ਵੀ 1.5 ਮਹੀਨਾ ਹੋ ਗਿਆ ਘਰੇ ਬੈਠੇ ਨੂੰ। ਮਾੜਾ ਮੋਟਾ ਤਾਂ ਉਹ ਕਹਿੰਦਾ ਪੈਰ ਤੇ ਵਜਣ ਦੇ, ਫੇਰ ਹੀ ਤੁਰਨ ਜੋਗਾ ਹੋਊਗਾ। ਅੱਜ ਕੱਲ ਨਾ ਆਪਣੇ 12 ਅੱਗੇ ਟੋਆ ਜਾ ਨੀ ਹੈਗਾ, ਉਹਦੇ ਚ ਤਿਲਕ ਜੇ ਗਿਆ ਤੇ ਪੈਰ ਤੇ ਜ਼ੋਰ ਵਾਲਾ ਆ ਗਿਆ, ਦਰਦ ਕਰਨ ਲੱਗ ਗਿਆ ਯਾਰ। ਮੇਰੀ ਗੱਲ ਸੁਣੋ, ਐਡਾ ਵੱਡਾ ਵਿਹੜਾ ਆਪਣਾ ਖੁੱਲਾ, ਇੱਥੇ ਗੇੜੇ ਲਾ ਲਿਆ ਕਰੋ, ਬਾਹਰ ਜਾਈ ਨਾ ਕਰੋ, ਟੋਏ ਟੁੱਬਿਆਂ ਦਾ ਕੀ ਪਤਾ ਲੱਗਦਾ? ਪੈਰ ਉੱਚਾ ਨੀਵਾ ਵੱਜ ਕੇ ਨਾ ਮੈਨੂੰ ਆਇਆ ਹੋਰ ਨਾ ਵਾਧਾ ਵਧਾ ਲਿਓ, ਆਪਣੇ ਤਾਂ ਘਰੇ ਕੋਈ ਕੰਮ ਵਾਲਾ ਵੀ ਹੈ ਨੀ। ਉਹੀ ਤਾਂ ਮੈਨੂੰ ਆਇਆ ਸੀਗਾ, ਮੈਂ ਚੱਲ ਇੱਥੇ ਮਾੜਾ ਮੋਟਾ ਵਜਣ ਦੇਣ ਲੱਗ ਜਾਂ, ਕੁਛ ਤੋਰੇ ਫੇਰੇ ਜੋਗਾ ਹੋ ਜਾ, ਕੋਈ ਕੰਮ ਧੰਦਾ ਦੇਖ ਲਾਂ ਯਾਰ। ਇੱਕ ਜੀ ਮੈਂ ਤੁਹਾਨੂੰ ਆਇਆ ਕਹਿੰਦੀ ਸੀ, ਹਾਂ ਵੀ ਦੇਖੋ ਦਵਾਈ ਮੁੱਕੀ ਨੂੰ ਵੀ 3 ਦਿਨ ਹੋ ਗਏ ਆ, ਤੁਸੀਂ ਜਾ ਕੇ ਦਵਾਈ ਲਿਆਉਂਦੇ, ਮੈਂ ਕਿਸੇ ਦਾ ਮੋਟਰਸਾਈਕਲ ਪੁੱਛ ਲੈਣੀ ਆ। ਉਹ ਮੋਟਰਸਾਈਕਲ ਤਾਂ ਤੂੰ ਪੁੱਛ ਦੇਂਗੀ, ਕੋਈ ਲੈ ਜਾਊਗਾ ਬਿਠਾ ਕੇ, ਗੱਲ ਕਰ ਦਵਾਈ ਪੈਸਿਆਂ ਦੀ ਆਊਗੀ, ਪੈਸੇ ਆਪਣੇ ਕੋਲ ਹੈ ਨਹੀਂ ਹੁਣ। ਪੈਸੇ ਹੈ ਨਹੀਂ, ਪੈਸੇ ਫਿਰ ਐਂ ਕਰਦੇ ਆ ਜੀ, ਆ ਮੇਰੇ ਕੰਨਾਂ ਵਾਲੇ ਨਾ ਮੈਂ ਇਹ ਗਹਿਣੇ ਰੱਖ ਦਿੰਦੀ ਹਾਂ ਮਿੰਦੋ ਤਾਈ ਕੇ, ਅਤੇ ਦਵਾਈ ਤਾਂ ਫਿਰ ਲਿਆਉਣੀ ਪਊ। ਜੇ ਆਪਾਂ ਅੱਜ ਪੈਸੇ ਟੂਮਾ ਗਹਿਣੇ ਰੱਖ ਕੇ ਪੈਸੇ ਲੈ ਕੇ ਦਵਾਈ ਲਿਆਵਾਂਗੇ ਨਾ, ਫਿਰ ਹੀ ਤੁਸੀਂ ਠੀਕ ਹੋ ਕੇ ਕਮਾਉਣ ਜੋਗੇ ਹੋਵੋਗੇ, ਇਹ ਤਾਂ ਛਡਾ ਲਾਂਗੇ, ਇਹਨਾਂ ਦਾ ਕੀ ਹੈ, ਨਾਲੇ ਕਿਹੜਾ ਮੈਂ ਰੋਜ਼ ਹੀ ਪਾਈ ਰੱਖਦੀ ਹਾਂ। ਉਹ ਚੱਲ ਕੋਈ ਨਾ, ਤੇਰੇ ਕੰਨ ਕੰਨ ਨੂੰ ਸੁਣਨੇ ਕਰਨੇ ਆ, ਕੋਈ ਨਾ ਹੋਰ ਹੱਲ ਹੋ ਜਾਊਗਾ। ਸੱਚ ਮੈਂ ਇਹ ਕਹਿੰਦਾ ਸੀਗਾ ਤੈਨੂੰ, ਹਾਂਜੀ ਉਧਰ ਚਾਚੇ ਦਾ ਮੁੰਡਾ ਨਹੀਂ ਹੈਗਾ ਹੈਪੀ, ਹਾਂਜੀ ਉਹ 1-2 ਵਾਰੀ ਜਦੋਂ ਪਹਿਲਾਂ ਪਤਾ ਲੈਣ ਨਹੀਂ ਆਉਂਦਾ ਹੁੰਦਾ ਸੀਗਾ, ਉਦੋਂ ਮੈਨੂੰ ਉਦੋਂ ਮੈਨੂੰ ਕਹਿੰਦਾ ਹੁੰਦਾ ਸੀ, ਕਹਿੰਦਾ ਜੇ ਪੈਸੇ ਧੇਲੇ ਦੀ ਲੋੜ ਹੋਈ ਮੈਨੂੰ ਦੱਸ ਦੇ। ਹੁਣ ਤੱਕ ਤਾਂ ਆਪਣਾ ਟਾਈਮ ਪਾਸ ਵਧੀਆ ਹੋ ਹੀ ਗਿਆ ਹਨਾ, ਹਾਂਜੀ ਤੂੰ ਮੜਾ ਜਾ ਉਹਨਾਂ ਦੇ ਘਰੇ ਜਾ ਆ, ਕੋਈ ਦੇਖ ਲਾ 1000-2000 ਰੁਪਇਆ ਫੜ ਲਿਆਊਗਾ, ਫਿਰ ਆ ਦਵਾਈ ਲਿਆਵਾਂਗੇ, ਨਾਲੇ ਇਹਦਾ ਐਕਸਰਾ ਜਿਹਾ ਕਰਾ ਲਾਂਗੇ ਵੀ ਜੁੜਿਆ ਕਿ ਨਹੀਂ ਜੁੜਿਆ ਪੈਰ ਜਾ, ਤੇ ਪਤਾ ਲੱਗ ਜਾਊਗਾ। ਕੋਈ ਗੱਲ ਨਹੀਂ ਜੀ, ਮੈਂ ਹੈਪੀ ਵੀਰੇ ਦੇ ਘਰੇ ਤਾਂ ਚੱਲ ਵਗ ਜਾਨੀ ਆ ਪੁੱਛਣ, ਮੈਨੂੰ ਇਹ ਤਾਂ ਦੱਸੋ ਕਿੰਨੇ ਪੈਸੇ ਪੁੱਛ ਲਵਾਂ ਮੈਂ ਉਹਨਾਂ ਨੂੰ। 2000-3000 ਰੁਪਇਆ ਪੁੱਛ ਲਾ, ਬਾਹਲੇ ਪੁੱਛੇਂਗੇ, ਅਕਸਰ ਨੂੰ ਦੇਣੇ ਤਾਂ ਪੈਣਗੇ। ਗੱਲ ਤਾਂ ਤੁਹਾਡੀ ਵੀ ਸਹੀ ਆ ਹਨਾ, ਕਰਜ਼ਾ ਤਾਂ ਸਿਰ ਚੜਿਆ ਵੀ ਮਾੜਾ। ਚਲੋ ਕੋਈ ਨੀ, ਤੁਸੀਂ ਐਂ ਕਰੋ ਇੱਥੇ ਪਾਓ, ਜੇ ਕਹਿੰਦੇ ਹੋ ਮੈਂ ਚਾਹ ਬਣਾ ਕੇ ਦੇ ਜਾਨੀ ਆ ਤੇ ਫਿਰ ਮੈਂ ਜਾ ਆਉਣੀ ਆ ਤਾਂ ਇੱਕ ਘਰੇ। ਨਾ ਨਾ, ਚਾਹ ਨੂੰ ਤਾਂ ਰਹਿਣ ਦੇ, ਤੂੰ ਪੈਸਿਆਂ ਨੂੰ ਜਾਇਆ, ਫਿਰ ਪੈਰ ਦਿਖਾ ਕੇ ਆਉਂਗਾ ਜਾ ਕੇ ਮੰਡੀ, ਫਿਰ ਹੀ ਪਤਾ ਲੱਗੂਗਾ ਕੋਈ ਫਰਕ ਪਿਆ ਕਿ। ਹਾਂ ਜੀ ਇੱਕ ਮਿੰਟ, ਚਲ ਧਿਆਨ ਨਾਲ ਹਜੇ ਵੀ ਰੱਖ। ਬਸ ਇੱਥੇ ਪੈਰਾਂ ਦੇ ਦਰਦ ਵਾਲਾ ਹੁੰਦਾ। ਚਲੋ ਫਿਰ ਮੈਂ ਜਾ ਕੇ ਆਉਣੀ ਆ ਜੀ। ਜਾ ਜਾ ਆ ਤੂੰ। ਕੀ ਯਾਰ ਆਏ ਹੋਏ, ਇੱਕ ਤਾਂ ਕੰਮ ਵਾਲੇ ਬੰਦੇ ਦਾ ਸੱਟ ਫੇਟ ਵੀ ਨਾ ਵੱਜੇ, ਉਹੀ ਗੱਲ ਆ, ਉਹੀ ਬੰਦਾ ਕਮਾਉਂਦਾ ਹੁੰਦਾ ਉਹੀ ਮੰਜੇ ਤੇ ਪੈ ਜੇ, ਘਰ ਦਾ ਸਰਕਲ ਹੀ ਵਿਗੜ ਜਾਂਦਾ। ਉਹ ਗੱਲ ਸੁਣੀ? ਹਾਂਜੀ ਮੈਂ ਤੁਹਾਨੂੰ ਬਹਿ ਜਾ, ਚਾਹ ਪੀ ਲਈ ਜੀ ਤੁਸੀਂ? ਚਾਹ ਤਾਂ ਮੈਂ ਪੀ ਲਈ। ਹਾਂਜੀ
ਮੈਂ ਤੁਹਾਨੂੰ ਦੱਸਦਾ ਸੀ ਆਪਣੇ ਨਾ ਅੱਜ ਕੱਦੂ ਕਰਾਂਗੇ ਤੇ ਝੋਨਾ ਲਾਵਾਂਗੇ। ਠੀਕ ਹੈ ਜੀ। ਤਿੰਨ ਟਰੈਟ ਹੋਣਗੇ। ਠੀਕ ਹੈ। ਅੱਛਾ ਜੀ। ਉਹ ਤਿੰਨੇ ਬੀੜੀ ਤੇ 6 ਜਾਣੇ ਹੋਣਗੇ। ਅੱਛਾ ਜੀ। ਸੱਤਵਾਂ ਮੈਂ ਹੂੰ, 8 ਜਾਣੇ ਦੀ ਰੋਟੀ ਭੇਜਦੀ ਖੇਤ। ਠੀਕ ਹੈ। ਵਧੀਆ ਕੋਈ ਸਬਜ਼ੀ ਪਾਣੀ ਬਣਾ ਲਾ ਤੇ ਵਧੀਆ ਰੋਟੀ ਭੇਜਦੀ ਬਣਾ ਕੇ। ਮੇਰੀ ਗੱਲ ਬਗਾਨੇ ਬੰਦੇ ਹੋਣਗੇ, ਅਗਲੇ ਨੂੰ ਭੈੜਾ ਲੱਗਦਾ ਜੇ ਕਈ ਵਾਰ ਹੁਣ ਚਟਨੀ ਚਟਨੀ ਨਾਲ ਭੇਜਦੀ। ਕਹਿ ਤਾਂ ਐਂ ਦਿੱਤਾ ਵੀ ਜਿਵੇਂ ਕੱਲੀ ਮੈਂ ਰੋਟੀ ਤੇ ਹੀ ਹੁੰਦੀ ਆ, ਤੈਨੂੰ ਪਤਾ ਪਸ਼ੂਆਂ ਦਾ ਤਾਂ ਸੰਗਲ ਨੀ ਗਲ ਚੋ ਲਾ ਕੇ ਤੂੰ ਉਹਨਾਂ ਨੂੰ ਉੱਥੋਂ ਕਰਦਾ, ਨਾ ਉਹਨਾਂ ਨੂੰ ਛੱਪੜ ਤੇ ਛੱਡਦਾ, ਨਾ ਨਵਾਉਂਦਾ, ਨਾ ਧਵਾਉਂਦਾ, ਭਾਂ ਦੀ ਗੋਹਾ ਮੱਧੀ ਜਾਣ। ਤੈਨੂੰ ਕੋਈ ਟਾਈਮ ਨਹੀਂ ਲੱਗਦਾ ਹੁਣ, ਬਾਹਣ ਇੰਨਾ ਉਹ ਕਰੀ ਬੈਠਾ ਮੈਂ, ਮੇਰੇ ਕੋਲ ਨਹੀਂ ਟਾਈਮ ਲੱਗਦਾ। ਤੈਨੂੰ ਪਤਾ ਆਹੀ ਮਹੀਨਾ ਕੰਮ ਦਾ ਹੁੰਦਾ, ਜੋਰ ਹੁਣ ਇੰਨਾ ਖਿੱਚਦੇ, ਪਹਿਲਾਂ ਬਾਹਣ ਸਾਰਾ ਤਿਆਰ ਕਰਿਆ, ਫਿਰ ਭਾਂ ਮੰਨ ਕੇ ਚੱਲ ਹੁਣ ਕੱਦੂ ਕਰਨ ਲੱਗ ਜੂ, ਆਹ ਸਾਰਾ ਮਹੀਨਾ ਲੱਗ ਜੂ, ਝੋਨਾ ਕਿਹੜਾ ਹੀ ਪਲ ਜਾਂਦਾ। ਤੂੰ ਤਾਂ ਕਹਿੰਦੀ ਜੀ ਮੈਂ ਕੋਈ ਵਿਹਲਾ ਤੁਰਿਆ ਫਿਰਦਾ ਉਹਨੇ। ਫਿਰ ਤੈਨੂੰ ਮੇਰੀ ਸਿਹਤ ਦਾ ਤਾਂ ਕੋਈ ਫਿਕਰ ਨਹੀਂ ਨਾ, 2 ਦਿਨ ਹੋ ਗਏ ਮੈਂ ਮਸਾਂ ਤੁਰਨ ਲੱਗੀ ਆ, 4 ਦਿਨ ਪਹਿਲਾਂ ਤਾਂ ਤੂੰ ਮੇਰੇ ਇੰਨੀਆਂ ਬੋਤਲਾਂ ਲਵਾ ਕੇ ਹਟਿਆ ਵੀ ਤੈਨੂੰ ਪਤਾ ਨਹੀਂ ਵੀ ਮੈਨੂੰ ਗਰਮੀ ਲੱਗੀ ਆ, ਤੇ ਹੁਣ ਇੰਨੇ ਜਾਣੇ ਦੀ ਰੋਟੀ ਮੈਂ ਕਿਵੇਂ ਥੱਪੂੰਗੀ। ਉਹ ਯਾਰ ਮੈਂ ਤੈਨੂੰ ਫਿਰ ਹੁਣ 1 ਤੋਂ ਲੈ ਕੇ 20 ਵਜੇ ਤੱਕ ਕਹਤਾ, ਜੇ ਤਾਂ ਤੈਨੂੰ ਆਪ ਨੂੰ ਬਿਉਂਤ ਚਾਹੀਦੀ ਆ ਵੀ ਕੋਈ ਬੁੜੀ ਰੱਖ ਲੈਂਦੀ, ਹੁਣ ਮੇਰੇ ਕੀ ਸਾਰੇ ਇਹ ਬੁੜੀ ਰੱਖਣਾ ਕੇ ਕਹੇ ਦੱਸ। ਬੁੜੀ ਰੱਖਣਾ ਮੇਰੇ ਸਾਰੇ ਨਹੀਂ ਜੀ, ਕੰਮ ਵੇਖ ਪੈਸਾ ਢੇਲੀ ਤੇਰੇ ਕੋਲੇ ਆ, ਤੁਸੀਂ ਰੱਖਣਾ ਕੋਈ। ਅੱਛਾ ਹੁਣ ਮੈਂ ਬੁੜੀਆਂ ਬਦਲ, ਤੂੰ ਬੁੜੀਆਂ ਪਿਛਲਾ ਪੈਸਾ ਢੇਲਾ ਮੈਂ ਦੇ ਦੂੰਗਾ, ਮੈਂ ਜੇ ਤੈਨੂੰ ਐਂ ਕਹਿੰਦਾ ਮੈਂ ਦਿੰਦਾ ਨਹੀਂ ਫਿਰਦਾ, ਤੂੰ ਮੈਨੂੰ ਕਹੇ ਵੀ ਪੈਸਾ ਦੇ ਜਾ ਤਾਂ ਮੈਂ ਦੇ ਦੂੰਗਾ, ਹੁਣ ਬੁੜੀ ਨੇ ਪੁੱਛਣ ਜਾਊਂਗਾ, ਬੁੜੀ ਦਾ ਤੇਰੀ ਹੱਕ ਮੰਨਦਾ, ਹੁਣ ਜੋ ਰਾਹੀਂ ਬੁੜੀ ਪੁੱਛ ਲੈਂਦੀ ਕੋਈ। ਆ ਜਾ ਮੀ ਤੋ। ਓਹੋ ਸਾਈ ਵੀ ਕਰੀ ਬੈਠੀ। ਹਾਂ ਹੋਰ ਬਣੀ ਠੀਕ ਆ ਬਈ, ਵਧੀਆ। ਹੋਰ ਬੰਟੂ ਕਿਵੇਂ ਹੁਣ? ਬੰਟੂ ਬਈ ਠੀਕ ਨਹੀਂ ਹਜੇ, ਮੈਂ ਉਹਦਾ ਕਰਕੇ ਆਈ ਸੀ ਤੁਹਾਡੇ ਕੋਲ ਕੰਮ। ਚੰਗਾ ਹੋ ਗਿਆ ਮੀਤ, ਮੇਰੀ ਗੱਲ ਸੁਣ, ਮੈਂ ਤਾਂ ਨਾ ਜਦੋਂ ਕੰਮ ਕਰਕੇ ਵਿਹਲੀ ਹੁੰਨੀ ਆ, ਤੇ ਪਹਿਲਾਂ ਤਾਂ ਭੈਣੇ 4-5 ਦਿਨ ਰਹੀ ਮੈਂ ਬਿਮਾਰ, ਮੈਂ ਚੱਲ ਅੱਜ ਵੀ ਜਾਊਂ ਬੰਟੂ ਦਾ ਪਤਾ ਲੈ ਕੇ ਆਉਂ, ਮੈਥੋਂ ਤਾਂ ਭੈਣੇ ਘਰੋਂ ਹੀ ਨਹੀਂ ਨਿਕਲਿਆ ਗਿਆ। ਨਿਕਲੀ ਇਹਨਾਂ ਦਾ, ਇੱਕ ਤਾਂ ਗਰਮੀ ਵਾਲੀ ਸੀ, ਇੱਕ ਭਾਈ ਵਾਹਣ ਵਾਹਣ ਤਿਆਰ ਕਰੀ ਜਾਂਦੇ ਸੀ, ਹੁਣ ਇਦੋਂ ਬਾਅਦ ਝੋਨਾ ਲਾਉਣ ਲੱਗ ਜਾਂਦੇ, ਟਾਈਮ ਹੀ ਲੱਗਿਆ ਮੰਦਾ, ਉਹਦੇ ਕੋਲ ਜਾਇਆ ਵੀ ਨਹੀਂ ਗਿਆ, ਉਹਦਾ ਪਲਸਤਰ ਜਿਹਾ ਖੁੱਲਿਆ ਸੀ, ਉਹਨੂੰ ਕਹੇ ਵੀ ਹੁਣ ਤਾਂ ਮਾੜਾ ਮੋਟਾ ਲੋਟ ਹੈ, ਜਮੀਨ ਹੈ ਤੁਰਿਆ ਫਿਰਦਾ। ਨਹੀਂ ਬਾਈ ਐਂ ਤਾਂ ਥੋੜਾ ਮੋਟਾ ਤੁਰਿਆ ਕਰਦਾ ਗਾ, ਚੱਲ ਕੋਈ ਨੀ ਭੈਣੇ, ਜੇ ਤੈਥੋਂ ਨਹੀਂ ਆਇਆ ਗਿਆ, ਘਰ ਦੇ ਕਬੀਲਦਾਰਾਂ ਚੋਂ ਨਹੀਂ ਨਿਕਲਿਆ ਜਾਂਦਾ ਹੁੰਦਾ। ਮੀ ਤਾਂ ਕੁਛ ਕੰਮ ਹੀ ਇਹ ਜੇ ਹੋ ਗਏ। ਅੱਜ ਨਾ ਗੇੜਾ ਜਿਹਾ ਲਾਉਣ ਗਏ ਸੀਗੇ ਬਾਹਰ ਨੂੰ। ਓਏ ਉਹਨੂੰ ਕਹ ਪਤੰਦਰਾ ਕਿਉਂ ਗੇੜੇ ਲਾਈ ਜਾਂਦਾ ਰਹਿੰਦਾ, ਹਜੇ ਤੇਰਾ ਕੋਈ ਪਲਾਸਟਰ ਦਾ ਕੱਲ ਖੁੱਲਿਆ ਹੈ, ਉਹ ਵਿੱਚ ਦੀ ਗੇੜੇ ਲਾਉਣ ਲੱਗ ਜਾਂਦਾ, ਲੱਗਦਾ ਮੈਨੂੰ ਆ ਫੋਨ ਆ ਗਿਆ, ਖੇਤੋਂ ਫੋਨ ਵੀ ਆਈ ਜਾਂਦੇ ਆ ਤੈਨੂੰ ਤਾਂ। ਚੱਲ ਹੋਰ ਭੈਣੇ ਤੂੰ ਕਿਵੇਂ ਆਈ ਸੀ? ਹਾਂ ਬਾਈ ਚੱਲ ਮੈਂ ਤੇਰਾ ਬਾਲਾ ਟਾਈਮ ਖਰਾਬ ਨਹੀਂ ਕਰਦੀ, ਉਹਨਾਂ ਜੋ ਗੇੜਾ ਲਾਉਣਗੇ ਉਹਨਾਂ ਦੇ ਪੈਰ ਨੂੰ ਮੋਚ ਜੀ ਦੁਬਾਰੇ ਫੇਰ ਆ ਗਈ, ਉਹ ਫੇਰ ਚੀਸਾਂ ਪੱਦ ਗਈਆਂ ਬਾਲਾਂ ਜਿਆਦੇ, ਤੇ ਅਸੀਂ ਜਾਣਾ ਸੀਗਾ ਡਾਕਟਰ ਦੇ ਦਵਾਈ ਲੈਣ। ਅੱਛਾ। ਤੇ ਘਰੇ ਪੈਸਾ ਕੋਈ ਹੈ ਨਹੀਂ ਸੀਗਾ, ਤੇ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਟੂਮਾਂ ਜਿਹਾ ਗਹਿਣੇ ਧਰ ਦਿੰਦੇ ਚੱਲ ਦਵਾਈ ਪੱਲਾ ਆ ਜਾਂਦਾ ਆਪਣਾ, ਤੇ ਉਹ ਕਹਿੰਦੇ ਨਹੀਂ ਤੇਰੇ ਸੁਣਿਆ ਕੰਮ ਕਾਹਨੂੰ ਕਰਨਾ, ਚੱਲ ਬੰਦੇ ਨੂੰ ਸੌ ਹੁੰਦਾ ਹੀ ਆ ਹਨਾ, ਇੱਕ ਤਾਂ ਉਹ ਮੰਜੇ 'ਚ ਪਿਆ, ਹੋਰ ਇੱਕ ਬਾਕੀ ਪੈਸਾ ਦਾ ਬਾਈ ਲੱਗੀ ਜਾਂਦਾ ਰਹਿੰਦਾ, ਕਾਹਨੂੰ ਅੱਜ ਟੂਮਾਂ ਧਰ ਦਿਓ, ਕੱਲ੍ਹ ਨੂੰ ਕੁਛ ਹੋਰ ਧਰੋਂਗੇ, ਐਂ ਤਾਂ ਫਿਰ ਲੋਟ ਨਹੀਂ ਆਉਂਦੀ ਹੁੰਦੀ ਕਬੀਲਦਾਰੀ, ਕੋਈ ਗੱਲ ਨਹੀਂ ਹੌਲੀ ਹੌਲੀ ਲੋਟ ਹੋਜੂਗਾ, ਗੱਲ ਮੈਂ ਤੈਨੂੰ ਦੇਣ ਨਾਲ ਰੁਪਈਏ ਕਿੰਨੀ ਦੀ ਲੋੜ ਹੈ ਬਾਈ? ਗੱਲ ਇਹ ਸੀਗੀ ਵੀ ਉਹ ਕਹਿੰਦੇ 2,000 ਰੁਪਈਆ ਫੜ ਲਿਓ, ਇਹਨਾਂ ਨਾਲ ਦਵਾਈ ਆ ਜੂਗੀ, ਬਾਹਲੇ ਤਾਂ ਅਸੀਂ ਐਂ ਨਹੀਂ ਨਾ ਫੜਦੇ ਰਹੇ, ਮੁੜ ਕੇ ਮੋੜਦੇ ਵੀ ਆਪਣੇ, ਹੁਣ ਆਰਾਮ ਦਾ ਕੀਤਾ ਕਿੰਨੇ ਟਾਈਮ ਬਾਅਦ ਆ ਗਏ। ਕੋਈ ਨਾ ਮੀਤ ਬੰਦੇ ਨੂੰ ਰੁਪਈਏ ਤਾਂ ਦੇ ਨਾ 2,000, ਇੱਕ ਮੇਰੀ ਗੱਲ ਸੁਣੋ, ਗੁੱਸਾ ਤਾਂ ਦੇਖ ਕਰੀ ਨਾ, ਜਦੋਂ ਗੁੱਸਾ ਕਰਨਾ ਫਿਰ ਤਾਂ ਉਹਨਾਂ ਨੂੰ ਗੱਲ ਕਰਦਾ। ਨਹੀਂ ਬਾਈ ਦੱਸੋ ਕੀ? ਹਾਂ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਆਹ ਮਹੀਨਾ ਸਾਡੇ ਹੈਗਾ ਪੂਰਾ ਕੰਮ ਆਪਣੇ, ਠੀਕ ਹੈ, ਬਾਕੀ ਕੰਮ ਵੀ ਹੈ ਘਰੇ ਰੋਟੀ ਪਾਣੀ ਦੀ ਹੈ, ਹੋਰ ਨਹੀਂ ਕੁਛ, ਤੁਹਾਨੂੰ ਪਤਾ ਘਰ ਦੀ ਕੰਮ ਹੈ ਘਰੇਲੂ, ਕੋਈ ਬਾਹਲਾ ਵੱਡਾ ਹੋਰ ਕੰਮ ਨਹੀਂ, ਸਾਫ ਸਫਾਈ ਆ ਤੇਰੀ ਭਰਜਾਈ ਤਾਂ ਹੁੰਦੀ ਨਹੀਂ ਕੱਲੀ ਜਾਣੀ, ਹੋਣ ਕਰਕੇ ਹੁਣ ਖੇਤ ਹੁੰਦੇ ਆ ਬੰਦੇ ਬਾਹਲੇ, ਤੇ ਰੋਟੀ ਟੁੱਕ ਹੋ ਜਾਂਦਾ, ਕੋਠੀ ਦੀ ਸਫਾਈ ਹੋ ਜਾਂਦੀ ਹੈ, ਮਾੜੀ ਮੋਟੀ ਕਰੀ ਜਾਂਦਾ ਹੁੰਦਾ ਬੰਦਾ ਆਪਦਾ, ਸਫਾਈ ਤਾਂ ਮੈਂ ਹੀ ਕਰ ਲਿਆ ਕਰੂੰਗੀ ਜੀ, ਕੱਲੀ ਬਸ ਰੋਟੀ ਮੇਰੇ ਨਾਲ ਪਕਵਾ ਦੇ, ਕੱਪੜੇ ਲੀੜੇ ਦਾ ਹੁੰਦਾ ਨਾ, ਉੱਤੇ ਸੋ ਚੀਜ਼ ਹੁੰਦੀ ਹੈ ਘਰੇ, ਕੰਮ ਤਾਂ ਜਿੰਨਾ ਕੋਈ ਕੰਮ ਘਰੇ ਉਹਨੇ ਇਹ ਵੀ ਲਾਦਾ ਹੁੰਦਾ ਕੰਮ, ਉਨੇ ਵਧੀ ਜਾਂਦੇ ਰਹਿੰਦੇ, ਜਦੋਂ ਬੰਦਾ ਬਿਮਾਰ ਠਾਰ ਹੋਏ ਫਿਰ ਤਾਂ ਦੁੱਗਣੇ ਦਾ ਕੰਮ ਲੱਗਦਾ ਵੀ ਦੁੱਗਣਾ ਕੰਮ ਹੈ ਘਰੇ, ਐਵੇਂ ਹੀ ਲੱਗਦਾ ਤਾਂ, ਤੇ ਮੈਂ ਤਾਂ ਐਂ ਸੀ ਮੈਂ ਕਿਸੇ ਹੋਰ ਨੂੰ ਵੀ ਰੁਪਈਏ ਦੇਣੇ, ਮੈਂ ਤੁਹਾਨੂੰ ਦੇ ਦਿਆ ਕਰੂੰ, ਇਹੋ ਜਿਹੀ ਕੋਈ ਗੱਲ ਨਹੀਂ, ਅਸੀਂ ਆਪਾਂ ਕਰ ਲਾਂਗੇ, ਆਪਾਂ ਘਰ ਦੀ ਘਰ ਨਾਲ ਗੱਲ ਹੈ।
ਬਾਈ ਗੱਲ ਤਾਂ ਚਲੋ ਤੁਸੀਂ ਮੇਰੇ ਹਨਾ ਦਿਲ ਵਾਲੀ ਕਹਿਤੀ ਵਧੀਆ ਕੀਤਾ ਭੈਣੇ। ਪਤਾ ਕੀ ਗੱਲ ਆ, ਹੁਣ ਜਦੋਂ ਬੰਟੂ ਦੇ ਸਿਰ ਤੇ ਘਰ ਚੱਲਦਾ ਉਹੀ ਕੱਲਾ ਮੰਜੇ ਚ ਪਿਆ, ਚੱਲ ਇਹਨੇ ਨਾਲ ਸਾਡੇ ਵੀ ਘਰ ਦਾ ਤੋਰਾ ਤੁਰਿਆ ਜਾਊਗਾ। ਤੁਰੇ ਜਾਊ ਬੰਦਾ ਬਈ, ਬੁੜੀਆਂ ਕਰਦੀਆਂ ਨੇ ਬੰਦੇ ਦੇ ਬੰਦੇ ਦੇ ਸੱਟ ਵੱਜ ਗਈ, ਬੁੜੀਆਂ ਦਾ ਹੱਕ ਬੰਦਾ ਕਰੀ ਜਾਂਦੀਆਂ ਨੇ ਕੰਮ, ਫਿਰ ਬੁੜੀ ਨੂੰ ਵੀ ਘਰ ਚਲਾਉਣਾ ਪੈ ਜਾਂਦਾ। ਕਿੱਡੀ ਗੱਲ, ਅੱਗੇ ਬੰਟੂ ਜੇ ਲੋੜ ਸੀ ਉਦੋਂ ਤਾਂ ਅਲਾ ਕਹਿ ਜਾਂਦਾ ਹੁੰਦਾ ਦੂਜਾ ਵੀ ਘਰ ਭਈ ਇਹ ਬੰਦਾ ਚਲਾਉਂਦਾ, ਬੁੜੀ ਦੀ ਕੀ ਲੋੜ ਹੈ। ਕਲਕਰ ਅੱਜ ਕੱਲ ਇਹੋ ਜਿਹਾ ਜ਼ਮਾਨਾ ਹੈਗਾ, ਹੁਣ ਤਾਂ ਸਾਰਾ ਟੱਬਰ ਕੰਮ ਕਰੂਗਾ ਫਿਰ ਸਰਦਾ ਹੁੰਦਾ। ਬਾਕੀ ਮੀਂਹ ਤਾਂ ਕੰਮ ਦਾ ਤਾਂ ਕੋਈ ਮਿਹਣਾ ਨਹੀਂ। ਹਾਂਜੀ, ਮਿਹਨਤ ਦੀ ਕੋਈ ਡਰ ਨਹੀਂ ਹੈਗਾ ਭੈਣੇ, ਜਦੋਂ ਆਪਾਂ ਜਿਤਨਾ ਦਸਾਂ ਨੌਹਾਂ ਨਾਲ ਕਮਾਈ ਕਰਾਂਗੇ ਤਾਂ ਆਪੇ ਉਹ ਵੀ ਠੀਕ ਹੋ ਜਾਣਾ। ਠੀਕ ਹੀ ਹੋ ਜੂ, ਕੰਮ ਤੇ ਲੱਗ ਜੂ, ਉਹਨੇ ਦਿਨ ਮੈਂ ਤੁਹਾਡੇ ਆਈ ਜਾਊਂਗੀ। ਮੈਂ ਵੀ ਉੱਥੇ ਨਾ ਦਰਾਜੇ ਚ ਪਈ, ਕੋਈ ਨਾ ਤੁਹਾਨੂੰ ਮੀਤ ਨੂੰ ਜਿਹੀ ਕੋਈ ਗੱਲ ਹੋਈ ਚਾਹੀਦੀ ਆਪਾਂ ਉਹਨਾਂ ਨੂੰ ਦੇਣੇ ਹੋਏ ਹੋ ਜੇ ਦੇ ਦਾਂਗੇ ਇਹਨੂੰ। ਕੋਈ ਨਾ, ਮੇਰੇ ਦੀਜੇ ਚ ਮੈਂ ਤੇਲ ਲਿਆ ਸੀ ਤੜਕੇ ਵਾਲਾ 2000 ਰੁਪਇਆ, ਜੇ ਕੋਈ ਹੋਰ ਲੋੜ ਹੋਈ ਤਾਂ ਮੈਨੂੰ ਹੋਰ ਦੱਸ ਦੇ। ਕੋਈ ਨਾ ਉੱਥੇ ਜੇ ਕੋਈ ਵੱਧ ਦੀ ਲੋੜ ਹੋਈ ਤਾਂ ਸੇਠ ਤੋਂ ਫੋਨ ਕਰਾ ਦੇ ਮੈਨੂੰ। ਉਹ ਤਾਂ ਮੀਤ ਮੇਰੀ ਗੱਲ ਸੁਣ, ਤੇਰਾ ਬਾਈ ਦਵਾ ਲਿਆਂਦਾ ਉਹਨੂੰ ਦਵਾਈ, ਪਰ ਨਾ ਆਪਣੇ ਖੇਤ ਝੋਨਾ ਲਾਈ ਜਾਂਦੇ ਕਿ ਕੱਦੂ ਕਰੀ ਜਾਂਦੇ ਆ। ਮੇਰਾ ਬਾਈ ਨਾ ਸਿਰ ਖੁਰਕਣ ਦੀ ਵੇਲ ਨਹੀਂ ਮੇਰੇ ਕੋਲ ਤਾਂ, ਨਹੀਂ ਮੈਂ ਦਵਾਈ ਦਵਾ ਲੈਣਾ, ਤੂੰ ਕਿਹਨਾਂ ਦਵਾ ਲਿਆ, ਉਦੋਂ ਬਾਅਦ ਮੈਂ ਤਾਂ ਪਤਾ ਲੈ ਆਊਂਗਾ, ਕੋਈ ਨਾ ਘਰੇ ਵੀ ਜਾਊਂਗਾ। ਇਹੋ ਜਿਹੀ ਗੱਲ ਨਹੀਂ ਗੱਲ, ਮੈਂ 2-4 ਦਿਨ ਦੇ ਹੁਣ ਬਾਹਲੀ ਖਿੱਚ ਹੈ, ਹੁਣ ਮੈਨੂੰ ਕੰਮ ਕਰ ਲੈਂਦੇ ਭੈਣੇ। ਕੋਈ ਗੱਲ ਨਹੀਂ, ਹਾਂ ਤੇ ਕੋਈ ਗੱਲ ਨਹੀਂ, ਤੂੰ ਘਰੇ ਕੰਮ ਕਰਨ ਦਾ ਕੋਈ ਡਰ ਨਹੀਂ, ਤੈਨੂੰ ਮੈਂ ਦੇ ਦਿਆ ਕਰੂੰ 100 ਰੁਪਏ, ਉਹ ਕੋਈ ਨਾ ਕਰ ਲਿਓ ਗੱਲ ਤੁਸੀਂ ਆਪਸ। ਤੇਰੇ ਬਾਈ ਨੇ ਗੱਲ ਕਹਿਤੀ, ਪਰ ਕਹਿਣ ਤਾਂ ਮੈਂ ਤੈਨੂੰ ਵੀ ਲੱਗੀ ਸੀ, ਪਰ ਮੈਨੂੰ ਆਏ ਜੇ ਡਰ ਜਿਹਾ ਸੀ ਵੀ ਆਪਾਂ ਹੈਗੇ ਆ ਸਕੇ, ਤੇ ਤੂੰ ਮੇਰੀ ਗੱਲ ਦਾ ਕਿਤੇ ਗੁੱਸਾ ਨਾ ਮੰਨ ਜੇ, ਵੀ ਜੇ ਬੰਟੂ ਦੇ ਸੱਟ ਵੱਜੀ ਆ ਤੇ ਮੈਨੂੰ ਕੰਮ ਵਾਸਤੇ ਕਹਿੰਦੇ ਆ। ਆਪਾਂ ਵੇਖ ਇੱਕ ਦਾਦੇ ਦੀ ਲਾਦ ਹੈ, ਠੀਕ ਹੈ ਨਾ, ਜੇ ਪਰਮਾਤਮਾ ਨੇ ਤੁਹਾਡੇ ਤੇ ਤੰਗੀ ਪਾਈ ਹੈ ਤਾਂ ਤੈਨੂੰ ਕੰਮ ਕਰਨ ਦੀ ਹੁਣ ਲੋੜ ਪਈ ਨੀ, ਆਪਦੇ ਘਰੇ ਕੰਮ ਬਥੇਰਾ ਹੁੰਦਾ। ਸਹੀ ਗੱਲ ਆ ਭੈਣੇ, ਕਹਿੰਦੇ ਹੁੰਦੇ ਮਾੜਾ ਵਕਤ ਤਾਂ ਕਿਸੇ ਤੇ ਆਵੇ ਨਾ, ਸਾਡੇ ਤਾਂ ਨਾ ਬਾਹਲਾ ਹੀ ਚੱਲੀ ਜਾਂਦਾ। ਬਾਕੀ ਭੈਣੇ ਮੈਂ ਤੈਨੂੰ ਉਮੀਦ ਇੱਕ ਗੱਲ ਹੋਰ ਵੀ ਦੱਸਦਾ ਵੀ ਮੈਂ ਤਾਂ ਬਾਪੂ ਜੀ ਵਰਗਿਆਂ ਤੋਂ ਸੁਣਦੀ ਹੁੰਦੀ ਸੀ, ਇਹ ਬਾਈ ਬੰਟੂ ਦਾ ਪਾਪਾ ਥੋੜਾ ਜਿਹਾ ਨਾ ਸ਼ਰਾਬ ਸ਼ਰੂਬ ਦਾ ਵੱਧ ਲਾਲਚ ਕਰਦਾ ਸੀ, ਦਾਰੂ ਦੂਰੂ ਪੀ ਜਾਂਦਾ ਸੀ, ਇਹਦਾ ਇਕੱਲੇ ਬੰਟੂ ਨੇ ਹੀ ਕੰਮ ਉਹ ਕੀਤਾ। ਹਾਂ ਭੈਣੇ ਮੈਨੂੰ ਪਤਾ, ਦੱਸਦੇ ਹੁੰਦੇ ਆ ਕਹਿੰਦੇ ਪਾਪਾ ਜੀ ਬਾਹਲੀ ਜ਼ਿਆਦਾ ਸ਼ਰਾਬ ਪੀਂਦੇ ਸੀ, ਫਿਰ ਖੱਟਿਆ ਵੀ ਕੀ, ਹਾਂ ਜੇ ਨਾ ਪੀਂਦੇ ਕੁਛ ਬਣਾ ਕੇ ਜਾਂਦੇ ਸਾਨੂੰ ਵੀ ਚੱਲ 4 ਪੈਸਿਆਂ ਦਾ ਸੁੱਖ ਹੋ ਜਾਂਦਾ, ਕੱਲਾ ਕਹਿੰਦੇ ਹੁੰਦੇ ਆ ਇਹਦਾ ਪੀਤੇ ਦਾ ਕੋਈ ਫਾਇਦਾ ਨਹੀਂ ਹੁੰਦਾ। ਹਾਂ ਬਾਕੀ ਹੁਣ ਤੇਰਾ ਬਾਈ ਤਾਂ ਆਇਆ ਨਾ, ਬੰਟੂ ਪੜ੍ਹੀ ਜਾਂਦਾ ਸੀ, ਬੰਟੂ ਨੂੰ ਪੜ੍ਹਾਈ ਦਾ ਲਾਲਚ ਹੋ ਗਿਆ, ਤੇਰੇ ਬਾਈ ਨੂੰ ਛੋਟੇ ਜਿਹੇ ਨੂੰ ਨਾ ਖੇਤੀ ਦਾ ਸ਼ੌਂਕ ਵੱਧ ਸੀ, ਤੇ ਇਹ ਤਾਂ ਹੁਣ ਵਾਹਣ ਵੂਣ ਠੇਕੇ ਤੇ ਲੈਣ ਲੱਗ ਗਿਆ। ਤੈਨੂੰ ਪਤਾ ਹੀ ਆ ਬਾਈ, ਹੋਰ ਨਾਲ ਹੋਰ ਦੋ ਵੀ ਐਂ ਕੰਮ ਵੱਧਦਾ ਤੁਰਿਆ ਗਿਆ, ਤੇ ਚਲੋ ਪਰਮਾਤਮਾ ਦੇ ਹੁਕਮ ਨਾਲ ਸੌਖੇ ਹੋ ਗਏ, ਤੇ ਮੈਂ ਤੈਨੂੰ ਐਂ ਕਹਿੰਦੀ ਸੀ ਤੂੰ ਰੋਟੀ ਨਾ ਆਪਣੇ ਘਰੇ ਇੱਥੋਂ ਬਣਾ ਕੇ ਲੈ ਜਾ ਕਰ, ਆਪਦੇ ਘਰੇ ਨਾ ਬਾਈ ਤੂੰ ਇੰਨੀ ਖੇਚਲਾ ਕਰੀ। ਚੱਲ ਕੋਈ ਗੱਲ ਨੀ ਭੈਣੇ, ਹੁਣ ਨਾ ਮੈਂ ਜਾਂਦੀ ਹਾਂ, ਕਿਉਂਕਿ ਫਿਰ ਐਂ ਨਾ ਟਾਈਮ ਬਾਹਲਾ ਹੋਈ ਜਾਂਦਾ, ਘਰੇ ਜਾ ਕੇ ਮੈਂ ਬੰਟੂ ਨੂੰ ਵੀ ਦੇਖਾਂ, ਚੀਸਾਂ ਜਾਂ ਜਬਾਲੀਆਂ ਪਈ ਜਾਂਦਾ ਸੀ, ਕੋਈ ਪੇਨ ਕਿਲਰ ਜੀ ਦੇ ਦੂੰਗੀ ਇਹਨਾਂ ਨਾਲ ਦਰਦ ਜਿਹਾ ਟਿਕ। ਹਾਂ ਚੱਲ ਕੋਈ ਨਾ, ਜੇ ਮੇਰਾ ਟਾਈਮ ਲੱਗਿਆ ਨਾ ਮੈਂ ਆਥਣੇ ਆ ਕੇ ਜਾਊਂ, ਬੰਟੂ ਦਾ ਪਤਾ ਲੈ ਕੇ ਆਊਂ। ਚੰਗਾ ਕੋਈ ਨੀ ਭੈਣੇ, ਟਾਈਮ ਲੱਗਿਆ ਤਾਂ ਜੀ, ਨਹੀਂ ਮੈਂ ਸਮਝਦੀ ਹਾਂ ਘਰ ਦੇ ਕੰਮਾਂ ਚੋਂ ਨਹੀਂ ਨਿਕਲਿਆ ਜਾਂਦਾ, ਉਹ ਮੈਨੂੰ ਕੋਈ ਗੁੱਸਾ ਨਹੀਂ ਹੈਗਾ। ਚੱਲ ਕੋਈ ਨਾ, ਚੰਗਾ ਚੰਗਾ ਲੈ, ਜੇ ਵਿਚਾਰੀ ਔਖੀ ਹੈ ਤਾਂਹੀਓ ਆਈ ਹੈ, ਨਹੀਂ ਕੌਣ ਸਰੀਕ ਦੇ ਘਰੇ ਆਉਂਦਾ, ਬਾਕੀ ਨੀਵਾਂ ਹੋ ਕੇ ਅਗਲਾ ਆਉਂਦਾ। ਚੱਲ ਆਹ ਤਾਂ ਚੰਗਾ ਕੀਤਾ, ਤੂੰ ਤਾਂ ਮੈਨੂੰ ਤਾਂ ਪੈਸੇ ਦਿੰਦਾ ਨਹੀਂ, ਫੱਟ ਦੇਣੇ ਉਹਨੂੰ 2000 ਰੁਪਇਆ ਕੱਢ ਕੇ ਦਿੱਤਾ। ਅੱਜ ਮੈਨੂੰ ਮੌਜਾਂ ਨਾਲ ਕਹਿੰਦਾ ਲੈ ਬੁੜੀ ਰੱਖ ਲੈਂਦੀ, ਵੀ ਕਮਲਿਆ ਬੰਦੇ ਅੱਗੇ ਤਾਂ ਮੈਨੂੰ ਕਿਤੇ ਕਿਹਾ ਨਾ ਵੀ ਬੁੜੀ ਰੱਖ ਲੈਂਦੀ।
ਹੁਣ ਚੱਲ ਮੀਤ ਰੱਖ ਲਈ ਆਪੇ ਕੰਮ ਕਰੀ ਚੱਲੂਗੀ ਲੈ ਮੈਂ ਗੋਲੀਆਂ ਜਿਹੀਆਂ ਲਵਾਂ ਲੱਤਾਂ ਜਿਹੀਆਂ 'ਚ ਚੀਸਾਂ ਪਈ ਜਾਂਦੀਆਂ ਹਾਏ ਹਾਏ ਚੱਲ ਅੱਜ ਤਾਂ ਥੱਪਾਂ ਰੋਟੀਆਂ ਸਾਨੂੰ ਤਾਂ ਮੀਤ ਬਣਾ ਦੂਜੀ ਇਹ ਕਿੰਨਾ ਟਾਈਮ ਹੋ ਗਿਆ ਵੀ ਆਈ ਨਹੀਂ ਹੈਗੀ ਹਜੇ ਆ ਤਾਂ ਗਈ ਆ ਸੁੱਤੇ ਨਹੀਂ ਜੀ ਸੁੱਤਾ ਕਿੱਥੇ ਸੀਗਾ ਦਰਦ ਵਾਲਾ ਹੋਈ ਜਾਂਦਾ ਸੀਗਾ ਨੀਂਦ ਨਹੀਂ ਆਈ ਹੈਗੀ ਮੇਰੀ ਗੱਲ ਸੁਣ ਹਾਂਜੀ ਹੋਇਆ ਕੋਈ ਹੱਲ ਕੀ ਕਹਿੰਦਾ ਹੈਪੀ ਹਾਂ ਹਾਂ ਪੈਸਿਆਂ ਦਾ ਹੱਲ ਤਾਂ ਹੋ ਗਿਆ ਹਲੇ ਫੜ ਲਓ ਪੈਸੇ ਪੈਸੇ ਨਾ ਮੈਂ 2000 ਰੁਪਇਆ ਲੈ ਆਈ ਵੀਰਾ ਤਾਂ ਵੱਧ ਪੈਸੇ ਕਹਿੰਦਾ ਸੀ ਵੱਧ ਲੈ ਜਾ ਮੈਂ ਕਿਹਾ ਬਾਲੇ ਅਸੀਂ ਕੀ ਕਰਨੇ ਆ ਬਸ ਇੰਨੇ ਕੁ ਬਹੁਤ ਆ ਚੱਲ ਇਹਨਾਂ ਨਾਲ ਨਾ ਆਪਣੀ ਦਵਾਈ ਹੋ ਜੂ ਚੱਲ ਇਹ ਤੂੰ ਹੀ ਰੱਖ ਆਪਦੇ ਕੋਲ ਮੈਨੂੰ ਕਾਹਤੋਂ ਫੜਾਉਣੀ ਉੱਥੇ ਦਵਾਈ ਲਿਆਉਣੀ ਜਾਂ ਪਰਚੀ ਕਟਾਉਣੀ ਤੈਨੂੰ ਕਟਾਉਣੀ ਪਊਗੀ ਮੈਂ ਤਾਂ ਬਹਿ ਜਾਊਂਗਾ ਅੱਛਾ ਚੱਲ ਠੀਕ ਆ ਮੈਂ ਨਾ ਇਹ ਦਵਾ ਦਾ ਬਣ ਲਾਂ ਕਿਉਂਕਿ ਬਾਹਰ ਨਾ ਕਾਲਾ ਵੀਰਾ ਖੜਾ ਗੱਡੀ ਲਈ ਤੇ ਮੈਂ ਉਹਨੂੰ ਖੜਾ ਕੇ ਆ ਗਈ ਸੀ ਮਹਾਂ ਪੈਸਿਆਂ ਦਾ ਹਾਲਤ ਹੋ ਗਿਆ ਤੇ ਉਹ ਉਧਰ ਨੂੰ ਬਾਜ਼ਾਰ ਵਾਲੇ ਜਾਂਦਾ ਸੀਗਾ ਅੱਛਾ ਮੰਡੀ ਜਾਂਦਾ ਹਾਂ ਮੰਡੀ ਜਾਂਦਾ ਤੇ ਮੈਂ ਕਿਹਾ ਵੀਰ ਬਣ ਕੇ ਮਾੜਾ ਜਿਹਾ ਖੜ ਜਾ ਮੈਂ ਬੰਟੂ ਨੂੰ ਉਠਾ ਲਿਆ ਮੈਂ ਕਿਹਾ ਦਵਾਈ ਦਵਾ ਲੈ ਤੇ ਉਹ ਕਹਿੰਦਾ ਕੋਈ ਨੀ ਭੈਣੇ ਮੈਂ ਖੜਾਂਗਾ ਤੂੰ ਆਰਾਮ ਨਾਲ ਉਠਾ ਲਿਆ ਕਹਿੰਦਾ ਕਹਿੰਦਾ ਮੈਨੂੰ ਵੀ ਪਤਾ ਉਹਦੇ ਪੈਰ ਤੇ ਸੱਟ ਆ ਚੱਲ ਕੋਈ ਨਾ ਇਹਦੇ ਨਾਲ ਵਗ ਜਾਂਦੇ ਆ ਆਉਂਦੇ ਹੋਏ ਦੇਖ ਲਾਂਗੇ ਕੋਈ ਹੱਲ ਹੋਇਆ ਨਹੀਂ ਜੇ ਪੈਰ ਆਰਾਮ ਆ ਗਿਆ ਜੇ ਦਵਾਈ ਨਾਲ ਅਸਰ ਹੋਇਆ ਹਨਾ ਬਸ ਤੇ ਆ ਜਾਾਂਗੇ ਤੇ ਉਹ ਦਵਾਈਆਂ ਵਾਲਾ ਲਫਾਫਾ ਚੱਕ ਲੈ ਜੀ ਤੇ ਹੋਰ ਪੋਟਾਈਆਂ ਸੀਗਾ ਦਿਖਾ ਦਾਂਗੇ ਹਾਂਜੀ ਹਾਂਜੀ ਉਹ ਮੈਂ ਚੱਕ ਲੈਣੀ ਆ ਆ ਪਿਆ ਤੂੰ ਆਹੀ ਆ ਪਿਆ ਚੱਕ ਲੈ ਕੋਈ ਨਾ ਮੈਨੂੰ ਪਤਾ ਮੈਂ ਹੀ ਰੱਖਿਆ ਨੇੜੇ ਕਰਦੇ ਉਹਨੂੰ ਆ ਜਾ ਜੀ ਚਰਾ ਬਸ ਕੋਈ ਨਾ ਇਹਦੇ ਨਾਲ ਹੁਣ ਕਾਲੀ ਨਾ ਕਰੋ ਕੋਈ ਨਹੀਂ ਕੋਈ ਨਾ ਮੁੜ ਕੇ ਉਹਨੂੰ ਕੋਈ ਕੰਮ ਧੰਦਾ ਸੌ ਹੋਊਗਾ ਮੈਂ ਤਾਂ ਲਾਲਚ ਕਰ ਗਈ ਬਾਈ ਦਾ ਮਾ ਚੱਲ ਦਵਾਈ ਲੈ ਆਵਾਂਗੇ ਜਾ ਕੇ ਲੈ ਆਥਣੇ ਤਾਂ ਮੈਂ ਤੇ ਹੈਪੀ ਆ ਆਥਣ ਦੀ ਸਬਜ਼ੀ ਦਾ ਤਾਂ ਇੰਤਜ਼ਾਮ ਹੈਗਾ ਤੇ ਹੁਣ ਮੈਂ ਐ ਕਰਦੀ ਆ ਆ ਚਾਹ ਜਾ ਵਾਲਾ ਡੋਂਗਾ ਮਾਰ ਦਿੰਦੀ ਆ ਤੇ ਜਿਹੜੇ ਭਾਂਡੇ ਪਏ ਚਾਰ ਉਹਨਾਂ 'ਚ ਹੱਥ ਮਾਰ ਲੂ ਆਹ ਕੀ ਫੋਨ ਬੂਹੇ ਰਿੰਗ ਤੋਂ ਵੀ ਨਹੀਂ ਪਿਆ ਬੰਦ ਹਾਈ ਕੀ ਪਤਾ ਕਿਹੜੇ ਵੇਲਿਆਂ ਦਾ ਫੋਨ ਆਈ ਜਾਂਦਾ ਹੋਊ ਮੈਨੂੰ ਤਾਂ ਹੁਣ ਪਤਾ ਲੱਗਿਆ ਹੈਲੋ ਹਾਂਜੀ ਹਾਂਜੀ ਬਸ ਉਹ ਨਾ ਸਬਜ਼ੀ ਤਾਂ ਆਪਣੇ ਜੋਗਰੀ ਪਈ ਆ ਆਥਣ ਦੀ ਮੈਂ ਉਹ ਹੀ ਵੇਖਣ ਆਈ ਸੀ ਚੌਂਤਰੇ ਤੇ ਅੱਛਾ ਆਥਣੇ ਵੀ 6-7 ਜਾਣਿਆਂ ਦੀ ਰੋਟੀ ਹੋਊ ਅੱਛਾ ਲੇਟ ਹੋ ਜਾਓਗੇ ਠੀਕ ਹੈ ਤੇ ਤੁਸੀਂ ਲੈ ਮੈਨੂੰ ਪਹਿਲਾਂ ਦੱਸਣਾ ਸੀ ਹਾਂ ਚੱਲ ਦਾਲ ਤਾਂ ਕੋਈ ਨਾ ਮੈਂ ਬਣਾ ਲੂੰਗੀ ਤੇ ਪਰ 6-7 ਬੰਦਿਆਂ ਦੀ ਰੋਟੀ ਤੈਨੂੰ ਪਤਾ ਹੀ ਆ ਉਧਰ ਪਸ਼ੂਆਂ ਦਾ ਕੰਮ ਹੋ ਜਾਂਦਾ ਧਾਰਾਂ ਕੱਢਣੀਆਂ ਕਿੰਨੇ ਕੰਮ ਹੁੰਦੇ ਆਥਣੇ ਤੇਰੇ ਤਾਂ ਚੇਤੇ ਚੋਂ ਨਿਕਲ ਗਿਆ ਤੈਨੂੰ ਐ ਤਾਂ ਪਤਾ ਹੀ ਆ ਵੀ ਕੱਲੀ ਜਾਣੀ ਹੈ ਔਰ ਤੜਕੇ ਤਾਂ ਤੈਨੂੰ ਪਤਾ ਮੈਂ ਕਿਵੇਂ ਤੁੱਥ ਮੁੱਥ ਕਰਕੇ ਰੋਟੀਆਂ ਤੋਰਤੀਆਂ ਆਥਣੇ ਬੇਇੱਜ਼ਤੀ ਵਾਲਾ ਕੰਮ ਹੈ ਐ ਚਟਨੀ ਨਾਲ ਕਿਵੇਂ ਤੂੰ ਤਾਂ ਐ ਕਹਿਣਾ ਵੀ ਬੇਇੱਜ਼ਤੀ ਹੋ ਜੇ ਅਗਲਾ ਐ ਕਹੂਗਾ ਵੀ ਊਂ ਤਾਂ 10-12 ਕਿੱਲਿਆਂ ਦੀ ਖੇਤੀ ਕਰਦੇ ਆ ਤੇ ਬੁੜੀਆਂ ਚਟਨੀ ਨਾਲ ਰੋਟੀਆਂ ਭੇਜਦੀਆਂ ਕੋਈ ਨਾ ਮੈਂ ਤਾਂ ਸਬਜ਼ੀ ਦਾ ਇੰਤਜ਼ਾਮ ਕਰੂੰਗੀ ਹਾਂ ਹਾਂ ਕੋਈ ਨਾ ਮੂੰਗੀ ਦਾਲ ਕਿਉਂ ਬਣਾਵਾਂ ਤੜਕੇ ਵੀ ਮੂੰਗੀ ਸੀ ਅਗਲਾ ਆਖੂਗਾ ਉਹੀ ਬੀਹੀ ਚੱਕ ਕੇ ਮੂੰਗੀ ਹੁਣ ਫੜਾਤੀ ਚੱਲ ਕੋਈ ਨਾ ਜਦੋਂ ਤੂੰ ਮੈਨੂੰ ਕਹਿਤਾ ਨਾ ਵੀ ਆਥਣ ਦੀ ਰੋਟੀ ਤਿਆਰ ਕਰਦੀ ਮੈਂ ਕਿਵੇਂ ਮਰਜ਼ੀ ਕਰਾਂ ਤੂੰ ਤਾਂ ਬਸ ਫੋਨ ਤੇ ਜਵਾਨ ਹਿਲਾਉਣ ਵਾਲਾ ਤੈਨੂੰ ਨਾ ਇਹ ਪਤਾ ਵੀ ਕੋਈ ਬੰਦਾ ਘਰੇ ਕਿਵੇਂ ਟਾਈਮ ਪਾਸ ਕਰਦਾ ਕਿਵੇਂ ਨਹੀਂ ਲੜਦੀ ਨਹੀਂ ਮੈਂ ਤੇਰੇ ਨਾਲ ਤੈਨੂੰ ਗੱਲ ਦੱਸੀ ਹੈ ਵੀ ਮਾੜਾ ਮੋਟਾ ਬੰਦਾ 4-5 ਘੰਟੇ ਪਹਿਲਾਂ ਇਤਲਾਹ ਤਾਂ ਦਿੰਦਾ ਹੁੰਦਾ ਮੈਨੂੰ ਉਦੋਂ ਹੀ ਜਾਣ ਲੱਗਿਆ ਤੂੰ ਕਹਿ ਦਿੰਦਾ ਦੁਪਹਿਰੇ ਚਾਹ ਫੜਨ ਆਇਆ ਸੀ ਉਦੋਂ ਕਹਿ ਦਿੰਦਾ
ਵੀ ਭਾਈ ਆਥਣੇ ਵੀ ਲੇਟ ਹੋ ਜਾਂਗੇ। ਮੈਂ ਕੋਈ ਆਈ ਵਾਰ ਕਲੇਸ਼ ਨਹੀਂ ਪਾਉਂਦੀ, ਵੇਖ ਜੇ ਗੱਲ ਨੂੰ ਉਹੀ ਵਧਾਈ ਜਾਣਾ ਤਾਂ ਵਧਾਈ, ਚੱਲ ਚੱਲ ਕੋਈ ਨਾ, ਭੇਜਦੀ ਕਿਸੇ ਬੰਦੇ ਨੂੰ, ਰੋਟੀ ਫੜ ਕੇ ਲੈ ਜੂ। ਹਾਂ ਹਾਂ, ਰਾਤ ਨੂੰ ਤਾਂ ਨਹੀਂ ਮੈਂ ਹੁਣ ਆ ਸਕਦੀ ਖੇਤ, ਘਰ ਸੁਣਨਾ ਛੱਡ ਕੇ। ਚੰਗਾ, ਇੱਥੋਂ ਕਿਸੇ ਮੁੰਡੇ ਨੂੰ ਭੇਜ ਦੀ। ਚੰਗਾ, ਲੈ ਮੌਜਾਂ ਨਾਲ ਕਹਿਤਾ ਵੀ ਆਥਣ ਦੀ ਰੋਟੀ ਭੇਜ ਦੇ। ਮੈਂ ਐਂ ਕਰਦੀ ਹਾਂ, ਨਾਲੇ ਤਾਂ ਮੈਂ ਬੰਟੂ ਦਾ ਪਤਾ ਲਿਆਉਂਦੀ ਹਾਂ ਅਤੇ ਮੀਤ ਨੂੰ ਕਹਿ ਦਿੰਦੀ ਹਾਂ। ਆਹ ਦਾਲ ਨਾਲ ਤਾਂ ਕੁਛ ਵੀ ਨਹੀਂ ਹੋਣਾ, ਇਹ ਚਲੋ ਮੀਤ ਅਤੇ ਬੰਟੂ ਖਾ ਲੈਣਗੇ ਨਾ, ਮੀਤ ਲੈ ਜੂਗੀ ਇਹ ਘਰੇ, ਅਤੇ ਮੈਂ ਉਹਨਾਂ ਵਾਸਤੇ ਕੱਦੂ ਉੱਦੂ ਨਾਲੇ ਰਾਹ 'ਚੋਂ ਕੱਦੂ ਲਿਆਉਂਗੀ। ਲੈ ਮੀਤ ਕਈ ਜਾ ਕੇ ਆਉਂਦੀ ਹੈ, ਨਾਲੇ ਬੰਟੂ ਦਾ ਪਤਾ ਲਿਆਉਂਦੀ ਹੈ, ਆਹ ਤਾਂ ਫੇਰ ਹੀ ਮੰਨ ਜੂ ਆ ਕੇ। ਉਹੀ ਗੱਲ ਹੈ ਨਾ, ਕੋਈ ਸਾਧਨ ਹੀ ਨਹੀਂ ਮਿਲਿਆ, ਨਹੀਂ ਤਾਂ ਅੱਡੇ ਤੋਂ ਬਹਿ ਕੇ ਆ ਜਾਂਦੇ। ਉਹੀ ਤਾਂ ਗੱਲ ਹੈ ਜੀ, ਆਟੋ ਆਟੋ ਜੇ ਹੁਣ ਇੰਨੇ ਤੁਰੇ ਫਿਰਦੇ ਰਹਿੰਦੇ ਆ, ਅੱਜ ਚੰਦਰਾ ਕੋਈ ਆਟੋ ਵੀ ਨਾ ਟੱਕਰੇ। ਖੜ ਜਾ 2 ਮਿੰਟ, ਦਮ ਜਾ ਲੈ ਲੈਣ ਦੇ। ਇੱਕ ਤਾਂ ਤੁਰਿਆ ਨਹੀਂ ਜਾਂਦਾ ਜੀ, ਬਸ ਦਰਦ ਜਿਹਾ ਵਾਲਾ ਹੋ ਜਾਂਦਾ। ਅੱਛਾ, ਊਂ ਤਾਂ ਚੱਲ ਫਿਕਰ ਜਿਹਾ ਨਿਬੜ ਗਿਆ, ਪਹਿਲਾਂ ਮੈਨੂੰ ਐਂ ਸੀ ਵੀ ਖਬਰੇ ਪੈਰ ਜਿਹਾ ਜੁੜਿਆ ਨਹੀਂ ਹੈਗਾ, ਉਹਦਾ ਡਾਕਟਰ ਕਹਿੰਦਾ ਵੀ ਉਹ ਤਾਂ ਜੁੜਿਆ ਹੋਇਆ। ਚੱਲ ਇਹ ਵੀ ਵਹਿਮ ਜਿਹਾ ਦੂਰ ਹੋ ਗਿਆ। ਵਹਿਮ ਦੂਰ ਹੋ ਗਿਆ, ਹੁਣ ਚੱਲ ਨਾ ਹੌਲਾ ਥੋੜਾ ਥੋੜਾ ਪੈਰ ਥੱਲੇ ਨੂੰ ਲਾ ਲਿਆ ਕਰੋ, ਮੈਂ ਕਹਿੰਦੀ ਥੋੜਾ ਹੋਰ ਗਾਣ ਹੋ ਜਾ ਸ਼ਾਮੇ। ਬਸ ਕੋਈ ਨਾ, ਇੱਥੋਂ ਤੱਕ ਤਾਂ ਮਸਾਂ ਖੜਾ, ਗਰਮੀ ਵਾਲੀ ਜ਼ਿਆਦਾ। ਕੋਈ ਉਦੋਂ ਬਚਿਆ 100-200 ਰੁਪਏ ਕਿ ਸਾਰੀ ਦੀ ਦਵਾਈ ਆ ਗਈ? ਨਾ ਜੀ, ਬਚ ਗਏ ਪੈਸੇ ਤਾਂ, 600 ਰੁਪਏ ਬਚ ਗਏ। ਚੱਲ ਕੋਈ ਨਾ, ਹੱਥ ਥੱਲੇ ਰੱਖ। ਪੈਸੇ ਤਾਂ ਵਿਚਾਰਾ ਇਹ ਡਾਕਟਰ ਵਾਲੇ ਲੈਂਦਾ ਨਹੀਂ ਹੈਗਾ। ਚੱਲ ਕੋਈ ਨਾ, ਆ ਭੈਣ ਤੁਰੀ ਆਉਂਦੀ ਹਰ ਤਰੀਕ ਜੀ। ਇੱਧਰ ਕਿੱਧਰ ਨੂੰ? ਚੰਗਾ ਹੋ ਗਿਆ ਤੁਸੀਂ ਮੈਨੂੰ ਇੱਥੇ ਹੀ ਮਿਲ ਗਏ, ਮੈਂ ਤਾਂ ਤੁਹਾਡੇ ਘਰ ਵੱਲ ਹੀ ਜਾਂਦੀ। ਅੱਛਾ, ਹੋਰ ਕਿਵੇਂ ਬੰਟੂ? ਹਾਂ ਬਸ ਹੁਣ ਤਾਂ ਠੀਕ ਆ, ਉਹ ਤਾਂ ਦਵਾਈ ਲੈ ਕੇ ਅਸੀਂ ਆਈ ਜਾਂਦੇ ਸੀਗੇ। ਅੱਛਾ, ਉਹ ਜਾਂਦੇ ਹੋਏ ਤਾਂ ਅਸੀਂ ਗੱਡੀ ਤੇ ਵੱਗ ਗਏ ਸੀਗੇ। ਅੱਛਾ ਅੱਛਾ, ਤੇ ਆਉਂਦੇ ਹੋਏ ਬੱਸ ਤੇ ਆਏ ਸੀਗੇ, ਇੱਥੇ ਆ ਕੇ ਦਰਦ ਆ ਬੜਾ ਹੋਣ ਲੱਗੇ ਨੂੰ। ਮੈਂ ਕਿਹਾ ਵੀ ਕਿਵੇਂ, ਕੋਈ ਅੱਗੇ ਨਾਲ ਫਰਕ ਹੈ? ਹਾਂ ਹੁਣ ਤਾਂ ਫਰਕ ਆ, ਬਸ ਇੱਕ ਵਹਿਮ ਜਿਹਾ ਸੀਗਾ, ਤੁਰਦਾ ਨਾ ਦਰਦ ਵਾਲਾ ਹੁੰਦਾ। ਅੱਜ ਐਕਸਰੇ ਜੇ ਕਰਾਏ ਨਾ ਤੇ ਡਾਕਟਰ ਕਹਿੰਦਾ ਵੀ ਭਾਈ ਪੈਰ ਤਾਂ ਤੇਰਾ ਜੁੜ ਗਿਆ। ਅੱਛਾ, ਅੱਡੀ ਦਾ ਮਾਸ ਪਾਟਿਆ ਹੋਇਆ ਕਹਿੰਦਾ, ਉਹਦੇ ਕਰਕੇ ਦਰਦ ਵਾਲਾ ਹੁੰਦਾ, ਕਹਿੰਦਾ ਹੋ ਜਾਏਗਾ ਸਹੀ, ਕਹਿੰਦਾ ਹੁਣ ਤਾਂ ਤੁਰਨ ਲੱਗ ਜਾਏਗਾ, ਹੁਣ ਤਾਂ ਹੌਸਲਾ ਜਿਹਾ ਹੋ ਗਿਆ ਮੈਨੂੰ। ਉਹ ਮਾਸ ਪਾਟੇ ਕਰਕੇ ਭੈਣੇ ਜ਼ਿਆਦਾ ਤਕਲੀਫ ਹੁੰਦੀ ਹੈ। ਬਾਕੀ ਆਏ ਆ ਭਾਈ, ਇਹ ਕੱਲ ਜਦੋਂ ਹੁਣ ਤੁਰ ਪਿਆ ਤੇ ਉਹਦੇ ਕਰਕੇ ਤੇਰਾ ਵਜਨ ਸਾਰਾ ਉੱਪਰ ਆ ਗਿਆ। ਉਹ ਬਸ ਇੱਕ ਤਾਂ ਕੱਲ ਹੋ ਗਿਆ, ਇੱਕ ਅੱਜ ਗੇਟ ਮੂਹਰੇ ਪੈਰ ਜੇ ਜਾਂ ਟੋਏ ਜੇ ਵੱਜਿਆ ਨਾ, ਉਹ ਮਾਸ ਪਾਟਿਆ ਹੋਇਆ, ਉਹਦੇ ਕਰਕੇ ਬਾਹਲਾ ਕਰਦਾ ਸੀ। ਹੁਣ ਤਾਂ ਕੋਈ ਨਾ, ਹੁਣ ਤਾਂ ਹੌਸਲਾ ਹੋ ਗਿਆ, ਮਾਸ ਪਾਟਿਆ ਜਾਂ ਤਾਂ ਹੋ ਜੂਗਾ ਸਹੀ, ਦਵਾਈਆਂ ਦਿੱਤੀਆਂ ਇਹਨੇ। ਹਾਂ ਤੂੰ ਚੱਲ ਆਏ ਆ ਹਨਾ, ਵੀ ਆਪਦੀ ਸਿਹਤ ਚੰਗੀ ਰਵੇ, ਕੰਮ ਕਰਨ ਨੂੰ ਵੀ ਬੰਦੇ ਦਾ ਜੀ ਕਰਦਾ, ਤੇ ਮੈਂ ਤੈਨੂੰ ਐਂ ਕਹਿੰਦੀ ਸੀ ਮੀਤ ਤਾਂ ਰੇੜੀ ਜੀ ਵੀ ਆਉਂਦੀ ਸੀਗੀ। ਲੈ ਉਹ ਵੀ ਉਧਰ ਨੂੰ ਮੁੜ ਗਿਆ, ਚੱਲ ਹੁਣ ਤਾਂ ਕਿੰਨੀ ਕੁ ਦੂਰ ਘਰ ਰਹਿ ਗਿਆ। ਤੇ ਉਹ ਮੈਂ ਤੈਨੂੰ ਐਂ ਕਹਿੰਦੀ ਸੀ ਬੰਟੂ, ਹਾਂਜੀ ਮੈਂ ਨਾ ਉਹ ਆਥਣੇ ਆਪਣੇ ਬੰਦੇ ਆ ਵਾਲੇ, ਅੱਛਾ ਤੇ ਮੈਂ ਮੀਤ ਨੂੰ ਲੈ ਕੇ ਜਾਣਾ ਸੀ ਵੀ ਰੋਟੀ ਬਣਾਉਣੀ ਸੀ ਸਾਡੀ। ਨਾ ਕੋਈ ਨਾ, ਤੁਸੀਂ ਹੋ ਰਹੇ ਕੋਈ ਪੁੱਛਣ ਵਾਲੀ ਗੱਲ? ਮੀਤ ਤੂੰ ਐਂ ਕਰ, ਆ ਦਵਾਈ ਜੀ ਮੈਨੂੰ ਫੜਾ ਦੇ, ਤੂੰ ਬਾਗਜਾ ਕਰਾ ਦੇ, ਰੋਟੀ ਟੁੱਕ ਦੱਸ, ਇਹੀ ਹੁੰਦਾ ਆਪਦਿਆਂ ਦਾ। ਮੈਂ ਰੋਟੀ ਟੁੱਕ ਕਰਾ ਦੂੰਗੀ, ਤੁਹਾਨੂੰ ਘਰੇ ਛੱਡਦਾ, ਕੋਈ ਨਹੀਂ ਭੈਣੇ ਮੈਂ ਇਹਨਾਂ ਨੂੰ ਛੱਡ ਕੇ ਆ ਜਾਂਦੀ ਹਾਂ, ਕਰਾ ਦਿੰਦੀ ਹਾਂ। ਨਾ ਨਾ, ਹੁਣ ਆ ਤਾਂ ਘਰ ਰਹਿ ਗਿਆ, ਹੁਣ ਤਾਂ ਕੀ ਹੋਉਂਦਾ ਮੈਨੂੰ? ਬੰਟੂ ਆਏ ਆ, ਤੇਰਾ ਬਾਈ ਕਹਿੰਦਾ ਸੀ, ਕਹਿੰਦਾ ਵੀ ਜਿਹੜੇ ਵੀ ਪੈਸੇ ਬਣੇ ਦੇ ਦਾਂਗੇ, ਵੀ ਰੋਟੀ ਮੀਤ ਪਕਾ ਦਿਆ ਕਰੂਗੀ ਆਪਣੀ। ਲੈ ਉਹੀ ਗੱਲਾਂ ਭਾਬੀ, ਫਿਰ ਜੇ ਕਿਸੇ ਨੂੰ ਪੈਸੇ ਹੀ ਦੇਣੇ ਨਾ, ਆਪਦਾ ਕੋਈ ਹੋਰ ਦੇਖ ਲਓ, ਆਪਦਿਆਂ ਦਾ ਕੀ ਸੁੱਖ ਹੁੰਦਾ ਦੱਸ। ਤੁਹਾਡੇ ਇਹ ਪੈਸੇ ਦੁੱਧ ਵਰਗੇ ਖਰੇ ਆ, ਜਦੋਂ ਮੈਂ ਕੰਮ ਕਰਨ ਲੱਗ ਗਿਆ ਮੈਂ ਮੋੜ ਦੂੰਗਾ, ਤੇ ਆ ਪੈਸਿਆਂ ਵਾਲੀ ਕੀ ਗੱਲ ਆ, ਊਂ ਵੀ ਘਰੇ ਕਿੰਨਾ ਕੁ ਕੰਮ ਹੁੰਦਾ ਆਪਣੇ, ਹਨਾ। ਕੋਈ ਨਾ, ਤੂੰ ਉਹ ਤਾਂ ਤੁਸੀਂ ਗੱਲਾਂ ਛੱਡੋ ਪੈਸਿਆਂ ਵਾਲੀ ਤਾਂ, ਅੱਜ ਤੂੰ ਬਾਗੀ ਜਾ ਮੀਤ ਕਰਾ ਦੇ ਰੋਕੀ ਰੋਟੀ ਟੁੱਕ, ਭਾਬੀ ਵੀ ਔਖੀ ਹੁੰਦੀ ਉਹ ਕੱਲੀ। ਕੋਈ ਨਾ, ਪਹਿਲਾਂ ਤੈਨੂੰ ਘਰੇ ਛੱਡੇ, ਅੱਗੇ ਆਏ ਆ ਤੈਨੂੰ ਪਾਣੀ ਧਾਣੀ ਕੀ ਚੀਜ਼ ਦੀ ਲੋੜ ਨਹੀਂ। ਹਾਂ ਉਹ ਹੀ ਤਾਂ ਗੱਲ ਆ ਭੈਣੇ, ਕਈ ਵਾਰ ਨਾ ਚੀਜ਼ ਪੈਣ ਲੱਗ ਜਾਂਦੀ ਆ, ਤੇ ਆ ਜਾ ਆਪਾਂ ਘਰੇ ਛੱਡ ਕੇ ਬਾਈ ਜਾ। ਬਾਕੀ ਇਹ ਰਹੀ ਪੈਸਿਆਂ ਦੀ ਗੱਲ, ਕੋਈ ਨਾ ਤੇਰਾ ਭਾਈ ਆ। ਉਹ ਜੇ ਤਾਂ ਫੇਰ ਉਹੀ ਗੱਲਾਂ ਭਾਬੀ, ਜੇ ਤਾਂ ਗੱਲਾਂ ਕਰਨੀ ਆ ਪੈਸਿਆਂ ਦੀਆਂ,
ਫੇਰ ਤਾਂ ਪਿੰਡ 'ਚ ਬਥੇਰੀਆਂ ਕੰਮ ਕਰਨ ਵਾਲੀਆਂ, ਤੁਸੀਂ ਉਹਨਾਂ ਕੋਲ ਵਗ ਜਾਓ। ਤੇ ਜੇ ਕੋਈ ਆਪਦਾ ਸਮਝਦੇ ਹੋ ਮਾੜਾ ਮੋਟਾ ਤਾਂ ਕਿਧਰੇ ਕੁਛ ਨਹੀਂ ਹੁੰਦਾ ਹੈਗਾ, ਕੰਮ ਕਰਵਾ ਦੂਗੀ ਜਾ ਕੇ। ਬਾਈ ਵੀ ਨਾ ਪੈਸੇ ਨਾਲ ਤਾਂ ਨਹੀਂ ਵਰਤਣਾ ਭਰਾਵਾ, ਤੇਰੀ ਗੱਲ ਸੁਣ, ਹੁਣ ਤੇਰੇ 60 ਵੱਜ ਗਈ, ਤੂੰ ਕੰਮ ਤੋਂ ਵਾਂਝਾ ਹੋ ਕੇ ਬੈਠ ਗਿਆ ਨਾ। ਉਹ ਫਿਰ ਕੋਈ ਨਾ, ਉਹੀ ਗੱਲ ਮੈਂ ਕਹਿੰਦਾ ਵੀ ਪੈਸਿਆਂ ਨਾਲ ਥੋੜੀ ਵਰਤਣਾ, ਕੋਈ ਨਾ ਇਹ ਤਾਂ ਚੱਲਦਾ ਹੀ ਰਹੂਗਾ, ਜੇ ਲੋੜ ਪਈ ਧਾਰੇ ਫੇਰ ਫੜ ਲਾਂਗੇ। ਐ ਥੋੜੀ ਆ ਵੀ ਹੁਣ ਦੱਸ ਆਪਦੇ ਸਰੀਕੇ 'ਚ ਵੀ ਰੋਟੀ ਟੁੱਕ ਦੇ ਪੈਸੇ ਲਵਾਂਗੇ। ਚੱਲ ਕੋਈ ਨਾ, ਅਜੇ ਤੈਨੂੰ ਘਰੇ ਛੱਡਿਆ, ਕੋਈ ਨਾ ਤਾਂ ਵਗ ਜਾਂਦਾ। ਮੈਂ ਤਾਂ ਰੱਖਣਾ ਸੀ ਮੀਂਹ ਤਾਂ ਤੂੰ, ਉਹ ਬਸ ਸਾਨੂੰ ਨਾ ਛੇਤੀ ਛੇਤੀ 'ਚ ਔੜਿਆ ਹੀ ਨਹੀਂ ਹੈਗਾ, ਗੱਡੀ ਵਾਲਾ ਆ ਗਿਆ ਸੀ ਨਾ, ਤਾਂ ਕਰਕੇ ਸਾਨੂੰ ਐਂ ਹੋ ਗਿਆ ਵੀ ਚੱਲ ਬਸ ਜਾਈਏ। ਕੋਈ ਨਾ ਵਗ ਜਾ ਧਿਆਨ ਨਾਲ ਜੀ, ਇੱਕ ਤਾਂ ਨਾ ਮੀਂਹ ਦਾ ਕਰਕੇ ਟੋਏ ਟੋਏ ਬੇਜ ਹੋਏ ਪਏ ਭੈਣੇ। ਮੈਂ ਰੋਟੀ ਨਾ ਮੈਂ ਤੈਨੂੰ ਪਾ ਕੇ ਦੇਣੀ ਆ, ਤੇਰੀ ਤੇ ਬੰਟੂ ਦੀ, ਤੂੰ ਰੋਟੀ ਲੈ ਜਾ। ਨਾ ਨਾ ਭੈਣੇ, ਮੈਂ ਘਰੇ ਪਕਾ ਲੂੰਗੀ, ਲੈ ਰੋਟੀ ਲਿਜਾਣ ਵਾਲੀ ਕਿਹੜੀ ਗੱਲ ਆ, ਫਿਰ ਕਿੱਡੀ ਗੱਲ ਆ ਜੇ ਮੈਂ ਰੋਟੀ ਟੁੱਕ ਕੁੜੇ ਕਮਲੀ ਹੋਈ ਆ ਤੂੰ, ਹੁਣ ਤਾਂ ਇੱਥੇ 7-8 ਜਾਣਿਆਂ ਦੀ ਰੋਟੀ ਪਕਾ ਕੇ ਹਟੀ ਆ, ਫਿਰ ਘਰੇ ਜਾ ਕੇ ਥੱਕ ਜਾਏਗੀ। ਮੇਰੀ ਗੱਲ ਸੁਣ, ਆ ਪੱਕੀਆਂ ਰੋਟੀਆਂ 'ਚ ਕੋਈ ਫਰਕ ਨਹੀਂ ਪੈਂਦਾ, ਤੁਸੀਂ ਖਾ ਲਈ ਕਿ ਅਸੀਂ ਖਾ ਲਈ, ਬਾਕੀ ਇਹ ਤਾਂ ਨਾ ਹੁਣ ਤੂੰ ਹੀ ਬਣਾਈ ਆ ਚੀਜ਼, ਜੇ ਤੁਸੀਂ ਦੋਨੋਂ ਜਾਣੇ ਖਾ ਲਓਗੇ ਨਾ ਤਾਂ ਉਹ ਚੀਜ਼ ਨਾਲ ਚੀਜ਼ ਘਟਣ ਲੱਗੀ ਆ। ਘਟਣ ਤਾਂ ਨਹੀਂ ਲੱਗੀ ਭੈਣੇ, ਮੈਨੂੰ ਐਂ ਸੀ ਚੱਲ ਜੇ ਮੈਂ 2-4 ਦਿਨ ਕੰਮ ਕਰਤਾ, ਇਹਦਾ ਮਤਲਬ ਇਹ ਥੋੜ੍ਹੀ ਅਸੀਂ ਇੱਥੇ ਖਾਣ ਪੀਣ ਲੱਗ ਜੇ। ਉਹ ਕੋਈ ਗੱਲ ਨਹੀਂ, ਮੇਰੀ ਗੱਲ ਸੁਣ, ਤੂੰ ਹੀ ਬਣਾਇਆ, ਬਸ ਹੈ ਤਾਂ ਆਪਾਂ ਇੱਕ ਦਾਦੇ ਦੀ ਲਾਦ, ਹਾਂਜੀ ਉਦੋਂ ਬਾਅਦ 'ਚ ਅੱਡ ਹੋਏ ਹੈ, ਆਪਾਂ ਤਾਂ ਇੱਕ ਘਰ ਦੇ ਹੀ ਜੰਮੇ ਜਾਏ ਹੈ। ਸਹੀ ਗੱਲ ਹੈ ਭੈਣੇ ਤਾਂ ਤੇਰੀ, ਚੱਲ ਅੱਡ ਬੈਡ ਵੀ ਹੋਣਾ ਪੈਂਦਾ। ਹਾਂ ਉਹ ਹੋਣਾ ਪੈਂਦਾ, ਕੁਛ ਬੁੜੀਆਂ ਨਹੀਂ ਕੱਟਦੀਆਂ ਹੁੰਦੀਆਂ, ਕਈ ਵਾਰ ਬੰਦੇ ਨਹੀਂ ਕੱਟਦੇ ਹੁੰਦੇ। ਮੇਰੀ ਗੱਲ ਸੁਣ, ਮੈਂ ਤੈਨੂੰ ਟਿਫਨ ਦੇ ਦਿੰਦੀ ਹਾਂ, ਸਾਡਾ ਟਿਫਨ ਲੈ ਜਾ, ਉਹ 'ਚ ਜਿੰਨੀ ਸਬਜ਼ੀ ਪਾਉਣੀ ਆ, ਜਿੰਨੀਆਂ ਰੋਟੀਆਂ ਪਾਉਣੀਆਂ ਉਨੀਆਂ ਰੋਟੀਆਂ ਪਾ ਕੇ ਲੈ ਜੀ, ਜੇ ਦੁੱਧ ਦੀ ਲੋੜ ਆ ਮੈਨੂੰ ਦੁੱਧ ਦੱਸ ਦੇ, ਮੈਂ ਤੈਨੂੰ ਦੁੱਧ ਵੀ ਦੇ ਦੂੰ। ਐਂ ਬੰਟੂ ਨੂੰ ਨਾ ਹਲਦੀ ਪਾ ਕੇ ਦੁੱਧ ਦਿਆ ਕਰ, ਨਾਲੇ ਤਾਂ ਉਹ ਜਿਹੜੀ ਅੱਡੀ ਦਾ ਮਾਸ ਪੱਟ ਆ ਉਹਦੇ ਨਾਲ ਉਹਦੀ ਪੀੜ ਹੋ ਜੂਗੀ ਲੋਟ। ਠੀਕ ਹੈ, ਅਤੇ ਜੇ ਤੂੰ ਕਹਿਣੀ ਆ ਤਾਂ ਮੈਂ ਤੇਰੇ ਬਾਈ ਤੋਂ ਅੰਬ ਹਲਦੀ ਮੰਗਵਾ ਕੇ ਦੇ ਦੂੰਗੀ। ਪ੍ਰਾਂਤ ਇਹ ਚੀਜ਼ਾਂ ਤਾਂ ਮੈਂ ਚੱਕ ਲੈਣੀ ਆ, ਵੇਖ ਆਪਾਂ ਤੜਕੇ ਧੋਣੇ ਹੁੰਦੇ ਆ ਪ੍ਰਾਂਤ, ਹੁਣ ਤੈਨੂੰ ਧੋਣ ਦੀ ਕੋਈ ਲੋੜ ਨੀ। ਤੇ ਤੈਨੂੰ ਨਾ ਤੂੰ ਜਿੰਨੀਆਂ ਰੋਟੀਆਂ ਪਾਉਣੀਆਂ ਡੱਬੇ ਚੋ ਪਾ ਲਾ, ਅੱਠ ਨੇ ਤਾਂ ਤੇਰਾ ਬਾਈ ਤਾਂ ਘੱਟ ਹੀ ਖਾਂਦਾ ਹੁੰਦਾ। ਚੱਲ ਮੈਂ ਟਿਫਨ ਚੱਕ ਲਿਆ, ਮੈਂ ਉਧਰ ਮੈਂ ਮਾਂਜੇ, ਪਰ ਉਹ ਤਾਂ ਖੇਤ ਹੀ ਖਾ ਲੂਗਾ, ਮੈਂ ਹੀ ਇਕੱਲੀ ਰੋਟੀਆਂ ਵਾਲੀ। ਚੰਗਾ ਚੰਗਾ ਭੈਣ, ਟਿਫਨ ਚੱਕ ਲਿਆ, ਉੱਥੇ ਪਿਆ ਲੈ ਆਉਣੀ ਆ, ਤੂੰ ਬਾਹਲਾ ਕਰੀ ਜਾਂਦੀ, ਨਹੀਂ ਮੇਰਾ ਤਾਂ ਇਰਾਦਾ ਜਮਾ ਨਹੀਂ ਸੀਗਾ ਰੋਟੀ ਲੈ ਕੇ ਜਾ। ਕੋਈ ਨਾ, ਤੂੰ ਇਹ ਗੱਲ ਦਾ ਫਿਕਰ ਨਾ ਕਰ। ਚੰਗਾ ਚੱਲ ਲੈ, ਜਿਹੋ ਜਿਹੀ ਆਪ ਖਾਵਾਂਗੇ ਉਹੋ ਜਿਹੀ ਵਿਚਾਰੀ ਇਹ ਖਾ ਲੂਗੀ ਰੋਟੀ, ਇਹ ਰੋਟੀਆਂ ਨਾਲ ਕੀ ਕੋਈ ਫਰਕ ਪੈਣ ਲੱਗਿਆ। ਲਿਆ ਮੀਂਹ ਤਾਂ ਛੇਤੀ ਦਿਨੇ ਆ ਗਈ ਆ ਗਈ। ਲੈ ਕਿਹੜਾ ਟਾਈਮ ਹੋ ਗਿਆ, ਕੰਮ ਜੇ ਕਰੀ ਜਾਂਦੀ ਵੀ ਤੂੰ ਉੱਧਰ ਵਗ ਜਾ, ਆਹੀ ਟਾਈਮ ਹੁੰਦਾ ਰੋਟੀ ਟੁੱਕ ਦਾ। ਉਹ ਮੀਤ, ਹਾਂਜੀ ਉਹ ਕੀ ਕਰੀ ਜਾਂਦੇ ਉਰੇ, ਆ ਗੱਲ ਸੁਣ ਮਾੜੀ ਜੀ ਮੇਰੀ। ਆ ਗਈ ਆ ਗਈ, ਕੁਛ ਨਹੀਂ ਜੀ। ਉਹ ਘਰ ਦੇ ਕੰਮ ਧੰਦੇ ਤਾਂ ਫੇਰ ਵੀ ਨਿਬੜ ਜਾਣਗੇ, ਜੇ ਉੱਧਰ ਜਾਣੀ ਆ ਰੋਟੀ ਪਕਾਉਣ ਤਾਂ ਜਾਇਆ ਦੱਸ, ਇਦੋਂ ਲੇਟ ਕੀ ਜਾਏਗੀ ਫਿਰ ਜਦੋਂ ਉਹਨੇ ਰੋਟੀ ਟੁੱਕ ਕਰ ਲਿਆ।
ਨਹੀਂ ਨਹੀਂ ਉਹਨੇ ਤਾਂ ਕਿੱਥੋਂ ਕਰ ਲਿਆ, ਮੈਨੂੰ ਡੀਕਦੀ ਹੋ, ਮੈਂ ਕਿਹਾ ਵੀ ਚੱਲ ਮੈਂ ਵਗ ਜਾਂਦੀ ਆ, ਝਾੜੂ ਜਿਹਾ ਰਹਿ ਗਿਆ ਸੀ ਥੋੜਾ ਜਿਹਾ। ਤੂੰ ਝਾੜੂ ਨੂੰ ਤਾਂ ਦੱਸ ਕੀ ਹੁੰਦਾ, ਤੂੰ ਪਹਿਲਾਂ ਉਧਰਲਾ ਕੰਮ ਨਿਬੇੜ ਲੈ, ਇਹ ਤਾਂ ਆ ਕੇ ਵੀ ਕਰ ਲੇਗੀ, ਉਹ ਕੱਲੀ ਜਾਣੀ ਖਪੀ ਜਾਂਦੀ ਹੋਊਗੀ, ਨਾਲ ਜਾ ਕੇ ਕਰਾ ਦੇ, ਕਿਉਂ ਅਗਲ ਝਾਕਦੀ ਹੋਊਗੀ ਵੀ ਕਿਤੇ ਦਾ ਸੁੱਖ ਹੁੰਦਾ, ਕਿਤੇ ਹੁਣ ਦੁਪਹਿਰਾ ਦੇਖ ਲਾ ਹੋਣ ਨੂੰ ਹੋ ਗਿਆ, ਹਜੇ ਤੇਰਾ ਕੰਮ ਨਹੀਂ ਨਿਬੜਿਆ ਹੈਗਾ। ਚੱਲ ਕੋਈ ਨੀ, ਫਿਰ ਮੈਂ ਵਗ ਜਾਂਦੀ ਹਾਂ ਜੀ, ਮੈਂ ਤਾਂ ਹੀ ਦੇਖਦੀ ਸੀਗੀ, ਮੈਂ ਚੱਲ ਮਾੜਾ ਜਿਹਾ ਕੰਮ ਜਾ ਹੋਰ ਨਿਬੇੜਦਾ। ਭੈਣ ਨੇ ਨਾ ਮੈਨੂੰ ਕਹਿਤਾ ਸੀ, ਉਹ ਕਹਿੰਦੀ ਸੁਬਹਾ ਦੀ ਰੋਟੀ ਅਸੀਂ ਖਾਂਦੇ ਆ ਲੇਟ। ਉਹ ਤਾਂ ਲੇਟ ਲੇਟ ਖਾਂਦੇ ਆ, ਖੇਤ ਤਾਂ ਭੇਜਣੀ ਹੋਊਗੀ, ਕਿਹੜਾ ਉਹਨਾਂ ਦੋਨਾਂ ਦਾ ਹੁੰਦਾ, ਤੂੰ ਆਪ ਹੀ ਨਾ ਕਰ ਲੈਂਦੀ, ਖੇਤ ਦਾ ਕੰਮ ਹੁਣ ਥੋੜੀ ਇੱਕ ਦਿਨ ਚ ਨਿਬੜ ਜੂਗਾ, ਕੱਦੂ ਕਰਦੇ ਹੋਣਗੇ, ਅੱਜ ਕਰਦੇ ਹੋਣਗੇ, ਫਿਰ ਝੋਨਾ ਫੱਕ ਪੱਟਣਗੇ ਲਾਉਣਗੇ, ਬਥੇਰਾ ਕੰਮ ਹੁੰਦੇ ਆ, ਤੂੰ ਵਗ ਜਾ। ਨਾਲ ਇੱਕ ਗੱਲ ਹੋਰ ਕਹੀ, ਜੇ ਬਾਈ ਘਰੇ ਹੋਇਆ ਨਾ ਹੈਪੀ, ਹਾਂਜੀ, ਉਹਨੂੰ ਪੈਸਿਆਂ ਦੀ ਗੱਲ ਕਹਿ ਦੀ ਵੀ ਬੰਟੂ ਨੇ ਕਿਹਾ ਵੀ ਆਹ ਜਿਹੜਾ ਕੰਮ ਕਰਦੇ ਆ ਇਹਦਾ ਅਸੀਂ ਕੋਈ ਪੈਸਾ ਪੂਸਾ ਨਹੀਂ ਲਾਉਂਦੇ ਹੈਗੇ, ਇਹ ਤਾਂ ਚੱਲ ਆਂਢ ਗੁਆਂਢ ਜਾਂ ਸਰੀਕੇ ਦਾ ਇਹੀ ਕੰਮ ਆਉਂਦਾ, ਕਿਹੜਾ ਤੁਸੀਂ ਬਗਾਨੇ ਹੋ ਆਪਦੇ ਹੋ, ਵੀ ਅਸੀਂ ਤਾਂ ਇਹੀ ਕੰਮ ਕਰਾਉਣਾ। ਕਹਿ ਦੀ ਇਹ ਗੱਲ ਵੀ ਜਿਹੜੇ ਪੈਸੇ ਸੋਤੋਂ ਫੜੇ ਆ ਉਹ ਤੁਹਾਡੇ ਦੁੱਧ ਅਰਗੇ ਖਰੇ ਆ, ਵੀ ਉਹ ਮੋੜਾਂਗੇ ਤੁਹਾਡੇ, ਪਰ ਆਹ ਪੈਸਾ ਅਸੀਂ ਇੱਕ ਰੁਪਇਆ ਨਹੀਂ ਲੈਂਦੇ ਹੈਗੇ। ਕੋਈ ਨੀ ਜੀ, ਮੈਂ ਕਹਿ ਦੂੰਗੀ ਬਾਈ। ਹਾਂ ਜਾ ਵਗ ਜਾ ਫਿਰ। ਠੀਕ ਹੈ ਜੀ, ਮੈਂ ਜਾਂਦੀ। ਚਲੋ ਪਾਣੀ ਵੇਥੀ ਪਿਆ, ਬਸ ਦਵਾਈ ਲੈ ਲੈਂਦੇ ਹਾਂ, ਠਹਿਰ ਕੇ ਜੇ ਲਵਾਂਗੇ ਗਲਾਸ ਵਿੱਚ, ਘਰ ਆਉਣ ਦੇ ਕੰਮ ਜਾ ਕੇ ਆਉਣਾ। ਬਾਈ ਭੈਣ, ਭੈਣ ਤਾਂ ਅੰਦਰ ਆ ਗਈ ਤੂੰ? ਹਾਂ ਬਾਈ, ਮੈਂ ਤਾਂ ਆ ਗਈ। ਬਾਈ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਸੀ। ਹਾਂ ਬੋਲ। ਹੁਣ ਮੈਨੂੰ ਬੰਟੂ ਨੇ ਸੁਨੇਹਾ ਲਾਇਆ ਸੀ, ਉਹ ਕਹਿੰਦੇ ਬਾਈ ਨੂੰ ਕਹਿ ਦੇ ਵੀ ਜਿਹੜਾ ਮੈਂ ਤੁਹਾਡੇ ਕੰਮ ਕਰਾ ਕੇ ਜਾਨੀ ਆ, ਇਹਦੇ ਸਾਨੂੰ ਕੋਈ ਪੈਸੇ ਨਹੀਂ ਚਾਹੀਦੇ ਹੈਗੇ, ਇਹ ਤਾਂ ਮੈਂ ਉਹੀ ਮੂੰਹ ਲਿਹਾਜ਼ ਨੂੰ ਵੀ ਚੱਲ ਆਪਾਂ ਆਪਦੇ ਕਿਹੜਾ ਬਗਾਨੇ ਆ ਵੀ ਕੰਮ ਮੈਂ ਕਰਾ ਜਾ ਕਰੂੰਗੀ, ਤੇ ਜਿਹੜੇ ਤੁਹਾਡੇ ਅਸੀਂ ਦੇਣੇ ਆ ਪੈਸੇ 2000 ਰੁਪਇਆ ਉਹਦੇ ਮੈਂ ਲੈ ਗਈ ਸੀ, ਉਹ ਤੁਹਾਡੇ ਦੁੱਧ ਵਰਗੇ ਖਰੇ ਅਸੀਂ ਦੇਵਾਂਗੇ। ਉਹ ਕੋਈ ਨਾ ਭਾਈ, ਪੈਸੇ ਦੀ ਕੀ ਗੱਲ ਹੈ, ਚਲ ਵਰਤ ਵਰਤਾ ਵੀ ਹੁੰਦਾ, ਕੋਈ ਗੱਲ ਨੀ, ਪੈਸੇ ਤੁਸੀਂ ਫੜ ਲੈ ਦੇ ਤੇ, ਇਹ ਤਾਂ ਚੱਲੀ ਜਾਂਦਾ ਦੁਨੀਆਦਾਰੀ ਦਾ ਰਿਵਾਜ਼ ਹੁੰਦਾ ਹੁੰਦਾ, ਕੋਈ ਗੱਲ ਨੀ। ਹੋਰ ਦੱਸੋ, ਠੀਕ ਆ ਹੁਣ ਉਹ? ਹਾਂਜੀ ਬਾਈ, ਹੁਣ ਤਾਂ ਠੀਕ ਆ, ਤੇ ਬਸ ਇਹੀ ਕਹਿੰਦੀ ਸੀ ਮੈਂ ਵੀ ਆਹ ਜਿਹੜਾ ਮੈਂ ਕੰਮ ਕਰਕੇ ਜਾਨੀ ਆ ਇਹਦੇ ਪੈਸੇ ਅਸੀਂ ਲੈਣੇ ਨਹੀਂ ਹੈਗੇ। ਕੋਈ ਨਾ, ਨਾ ਦੇ ਨਾ ਲੈ ਜਵਾਨ ਦਿੰਦੇ, ਠੀਕ ਹੈ, ਕੋਈ ਬੇਸਨ। ਇੱਕ ਗੱਲ ਹੋਰ ਦੱਸੀ, ਮੈਂ ਕੱਲ ਸਬਜ਼ੀ ਤੂੰ ਬਣਾਈ ਸੀ ਕੁੜੀ? ਹਾਂ ਬਾਈ, ਮੈਂ ਬਣਾਈ ਸੀ, ਵਧੀਆ ਲੱਗੀ, ਬਾਲੀ ਸਵਾਦ ਸੀ, ਸਾਰੇ ਉੱਥੇ ਸਿਫਤ ਕਰਦੇ ਸੀ, ਜਿੱਦੇ ਤੇਰੇ ਭਰਜਾਈ ਬਣਾਉਂਦੀ ਆ ਤੇਰੀ ਭੈਣ, ਇਹ ਉਹਦੇ ਜਮੀ ਖਰਾਬ ਕਰ ਦਿੰਦੇ, ਕਿਤੇ ਤਾਂ ਇਹ ਨੂਣ ਵੱਧ ਪਾਉਂਦੇ, ਕਿਤੇ ਇਹ ਮਿਰਚਾਂ ਵੱਧ ਪਾਉਂਦੇ ਆ, ਇਹਨਾਂ ਦੋ ਤਿੰਨ ਵਾਰੀ ਬਗਾਨੇ ਬੰਦਿਆਂ ਤੋਂ ਲਾਂਭਾ ਦਵਾਤਾ, ਤੇ ਕੱਲ ਮੇਰਾ ਮਨ ਬਹੁਤ ਖੁਸ਼ ਹੋਇਆ ਜਦੋਂ ਸਾਰਿਆਂ ਨੇ ਸਿਫਤ ਕਰੀ, ਕਹਿੰਦੇ ਵੀ ਸਬਜ਼ੀ ਕਿਹਨੇ ਬਣਾਈ ਸੀ, ਹੁਣ ਮੈਂ ਕੀ ਦੱਸਾਂ, ਮੈਂ ਤਾਂ ਕਿਰਿਆ ਤਾਂ ਕਹੀ ਦਿੱਤਾ ਵੀ ਚੱਲ ਇਹਨੇ ਬਣਾਈ ਸੀ, ਇਹਦੇ ਨੰਬਰ ਜੇ ਤਾਂ ਜ਼ਰੂਰ ਬਣਾ ਤੇ, ਚੱਲ ਕਰ, ਇਹ ਮੇਰੀ ਬੇਇੱਜ਼ਤੀ ਬਹੁਤ ਕਰਾਉਂਦੀ ਰਹੀ ਹੈ। ਚੱਲ ਕੋਈ ਨੀ ਬਾਈ, ਇਹਨਾਂ ਦੇ ਬਸ ਦੀ ਗੱਲ ਨੀ ਹੈਗੀ, ਗਰਮੀ ਵਾਲੀ ਹੈ, ਲੂਣ ਮਿਰਚ ਕਈ ਵਾਰ ਘੱਟ ਵੱਧ ਪੈ ਜਾਂਦਾ, ਹਾਂ ਕਿਸੇ ਦੇ ਹੱਥ 'ਚ ਹੁੰਦਾ ਕੋਈ ਵੱਧ ਵਧੀਆ ਬਣਾਉਣਾ ਹੁੰਦਾ, ਬਸ ਇੱਦਾਂ ਪੈਂਦੀ ਨੀ, ਇੱਦਾਂ ਸਹੀ ਤਾਂ ਪੈਂਦੀ ਨੀ ਕਿਤੇ ਵੀ, ਮੈਂ ਤਾਂ ਜਿੱਦੇ ਦੀ ਰੋਟੀ ਖਾਧੀ ਹੈ ਕੱਲ ਖੁਸ਼ ਹੋ ਕੇ ਖਾਧੀ ਹੈ, ਵੀ ਕੱਲ ਮੈਨੂੰ ਐਂ ਲੱਗਿਆ ਵੀ ਹਾਂ ਅੱਜ ਕਿਸੇ ਨੇ ਸਬਜ਼ੀ ਬਣਾਈ ਹੈ, ਤੇ ਅੱਜ ਮੇਰੀ ਭੁੱਖ ਇੱਕ ਭੁੱਖ ਵਾਲੀ ਲੱਗੀ, ਕੰਮ ਵਾਲਾ ਸੀ ਤੇ ਸਬਜ਼ੀ ਵਾਲੀ ਵਧੀਆ ਬਣੀ ਸੀ। ਚੱਲ ਕੋਈ ਨੀ ਬਾਈ, ਫਿਰ ਤਾਂ ਅੱਜ ਵੀ ਮੈਂ ਹੀ ਬਣਾਉਂਗੀ, ਜੇ ਤੈਨੂੰ ਇੰਨੀ ਪਸੰਦ ਹੈ ਸਬਜ਼ੀ। ਤੂੰ ਹੀ ਬਣਾਏਗਾ ਬਈ, ਜਿੰਨੇ ਦਾ ਕੰਮ ਕਰਦੀ ਹੈ ਤੂੰ ਹੀ ਕਰੇਗਾ, ਤੂੰ ਹੀ ਸਬਜ਼ੀ ਪਾਣੀ ਬਣਾਇਆ ਕਰ, ਰੋਟੀ ਪਾਣੀ ਤੂੰ ਹੀ ਕਰਦਾ ਕਰ। ਲੈ ਕਿਵੇਂ ਹੱਸ ਹੱਸ ਗੱਲਾਂ ਕਰੀ ਜਾਂਦੇ ਹੈ, ਆਏ ਨੀ ਵੀ ਕੋਈ ਕੰਮ ਦਾ ਪੂਰਾ ਕਰ ਲਾਂ, ਵੀ ਉੱਧਰ ਰੋਟੀ ਪਕਾ ਲਾਂ, ਇਹਦੇ ਕੋਲੇ ਆ ਕੇ ਬੈਠ ਗਈ। ਊਂ ਮੈਂ ਰਾਤ ਨਾਟ ਪਜਾ ਵੇਖਿਆ ਸੀ, ਉਹਦੇ 'ਚ ਉਹਨੇ ਬੰਦਾ ਹੀ ਬੱਸ 'ਚ ਕਰ ਲਿਆ ਸੀ, ਪਰ ਮੇਰਾ ਬੰਦਾ ਤਾਂ ਇਹੋ ਜਿਹਾ ਹੈ ਨਹੀਂ, ਮੀਤ ਦਾ ਕੀ ਭਰੋਸਾ, ਇਹਦੇ ਬਾਰੇ ਮੈਂ ਕੀ ਜਾਣਦੀ ਹਾਂ, ਬਸ ਇਕੱਲੀ ਸਰੀਕੇ 'ਚ ਦਰਾਣੀ ਜਠਾਣੀ ਹੈ, ਮੈਨੂੰ ਇਹਦੇ ਬਾਰੇ ਕੀ ਪਤਾ। ਬਾਕੀ ਭਾਈ ਗਰੀਬੀ ਤਾਂ ਸੌ ਕੁਛ ਕਰਵਾ ਦਿੰਦੀ ਹੈ, ਮਜਬੂਰੀ ਬੰਦੇ ਤੋਂ ਕੀ ਕੁਛ ਨਹੀਂ ਕਰਵਾਉਂਦੀ। ਅਗਲਾ ਬਾਅਦ 'ਚ ਐਂ ਕਹਿ ਦਿੰਦਾ ਵੀ ਭਾਈ ਮਜਬੂਰੀ 'ਚ ਹੋ ਗਿਆ, ਮੈਂ ਕਿਹੜਾ ਇਹ ਕਰਕੇ ਰਾਜੀ ਸੀ। ਜਾਨੀ ਹੈ ਹੁਣ ਸੁਣਦੀ ਹੂੰ ਮੈਂ, ਜਦੋਂ ਕੋਈ ਗੱਲਬਾਤ ਕਰਾਂ ਉਹ ਤਾਂ ਹੱਸਦਾ ਨਹੀਂ, ਅਤੇ ਹੁਣ ਵੇਖ ਕਿਵੇਂ ਕੀ ਕਰੀ ਜਾਂਦਾ, ਦੰਦ ਵੇਖ ਕਿਵੇਂ ਕੱਢਦਾ। ਜਾਨੀ ਹੈ ਉਹਨੂੰ ਵੀ ਕਹਿੰਦੀ ਹੈ ਵੀ ਤੂੰ ਖੇਤ ਚੱਲ, ਇੱਥੇ ਬੈਠਾ ਕੀ ਕਰਦਾ।
ਚੱਲ ਬਾਈ ਮੈਨੂੰ ਤਾਂ ਨਾ ਬਾਹਲੀ ਖੁਸ਼ੀ ਹੋਈ ਜੋ ਸਾਰਿਆਂ ਨੂੰ ਇੰਨੀ ਜ਼ਿਆਦਾ ਸਬਜ਼ੀ ਦਾਲ ਮੇਰੀ ਪਸੰਦ ਆਈ। ਚੰਗਾ ਬਾਈ ਮੈਂ ਵੀ ਰੋਟੀ ਟੁੱਕ ਲੱਗਦੀ ਹਾਂ। ਨਾ ਨਾ ਹਜੇ ਮੈਂ ਮਾੜੀ ਜੀ ਕਿਹੜਾ ਧੁੱਪ ਆਈ ਆ, ਹੋਰ ਕਰ ਲਓ ਦਿਆ ਔਰ ਭਰਜਾਈ ਗੱਲਾਂ। ਉਹ ਗੱਲਾਂ ਦੀ ਕੀ ਗੱਲ ਸੀ, ਉਹ ਤਾਂ ਮੈਂ ਕਹਿੰਦਾ ਸੀ ਮੀਤ ਨੂੰ ਚੱਲ ਰੋਟੀ ਟੁੱਕ ਪਕਾ ਦੋ, ਮੈਂ ਨੀ ਉੱਥੇ ਜਾਣੇ ਆ, ਨੀ ਪਤਾ ਅੱਜ ਦੋ ਹੀ ਹੋਣੇ ਜਾਂ ਇੱਕ ਹੋਊਗਾ। ਖੇਤ ਜਾ ਕੇ ਪਤਾ ਲੱਗੂ, ਮੈਂ ਖੇਤ ਜਾਂਦਾ ਸੀ, ਮੈਂ ਆਪੇ ਲੈ ਜੂ ਜਾਂਗਾ ਰੋਟੀ ਪਾਣੀ। ਮੇਰੀ ਗੱਲ ਸੁਣੋ ਜੀ, ਤੁਹਾਨੂੰ ਘਰੇ ਆਉਣ ਦੀ ਲੋੜ ਨਹੀਂ, ਮੈਂ ਗੀਸੇ ਦੇ ਹੱਥ ਰੋਟੀ ਫੜਾ ਦੂੰ। ਉਹ ਕੋਈ ਨਾ, ਨਾਲੇ ਤਾਂ ਮੇਰਾ ਗੇੜਾ ਸ਼ੇੜਾ ਬੱਜ ਜੂ, ਨਾਲੇ ਮੈਂ ਆ ਜੂਗਾ। ਕੋਈ ਨਾ ਆਪੇ ਲੈ ਜੂ, ਗੀਸੇ ਦੇ ਹੱਥ ਨਾ ਫੜਾਏ, ਉਹਦਾ ਕੀ ਪਤਾ ਗੀਸਾ ਕਿੱਧਰ ਗਿਆ ਹੋਊਗਾ। ਗੇੜਾ ਸ਼ੇੜਾ ਮਾਰਨੂ ਕੀ ਮੈਂ ਕਿਸੇ ਪਾਸੇ ਨਿਕਲਦੀ ਆ ਵੀ ਤੂੰ ਗੇੜਾ ਮਾਰ ਕੇ ਜਾਏਗਾ ਘਰੇ। ਉਹ ਨਿਕਲਦੀ ਵੀ ਗੱਲ, ਗੀਸਾ ਨਾ ਹੋਇਆ ਕੋਈ ਬਾਈ ਚਾਂਸ, ਮੈਂ ਜਿੰਨੀ ਕੁ ਮੈਨੂੰ ਲੋੜ ਹੋਈ, ਜੇ ਇੱਕ ਬੰਦੇ ਦੀ ਲੋੜ ਹੋਈ ਉਹਨੀ ਕੁ ਪਕਾ ਕੇ ਰੱਖ ਲਓ, ਤੁਸੀਂ ਦੋ ਚਾਰ ਜਣੇ ਦੀ ਪਕਾ ਕੇ ਰੱਖ ਲਓ। ਅੱਜ ਐਂ ਨੀ ਪਤਾ ਇੱਕ ਬੰਦੇ ਦੀ ਲੋੜ ਪਵੇ, ਮੈਂ ਆਪਦੇ ਹਿਸਾਬ ਨਾਲ ਲੈ ਜੂਗਾ। ਚੱਲ ਕੋਈ ਨੀ ਭੈਣੇ, ਦੁੱਧ ਪਾਣੀ ਹੋਏ ਚਾਹ ਗੁੜ ਮੈਂ ਆਪੇ ਆਪਦੇ ਹਿਸਾਬ ਨਾਲ ਲੈ ਕੇ ਜਾਊਂਗਾ। ਚੰਗਾ ਚੱਲ ਕੋਈ ਨੀ, ਜੇ ਬਾਈ ਆ ਜੂਗਾ ਨਾਲੇ ਤਾਂ ਰੋਟੀ ਪਾਣੀ ਫੜ ਕੇ ਲੈ ਜੂਗਾ ਆਪਣੇ। ਸੋ ਮੇਰੀ ਗੱਲ ਸੁਣ, ਘਰੇ ਆਊਗਾ ਕੰਮ ਪਿੱਛੇ ਪੈ ਜਾਣਗੇ। ਜੇ ਹੁਣ ਮੇਰੀ ਗੱਲ ਸੁਣ, ਜੇ ਇਹ ਉੱਥੇ ਕੰਮ ਕਰੂਗਾ ਕੰਮ ਵੱਧ ਹੋਊਗਾ। ਇਹ ਤਾਂ ਗੱਲ ਹੈ ਸੱਚੀ। ਬਾਕੀ ਉਹ ਜਿਹੜਾ ਬੰਦਾ ਗੀਸਾ ਗੀਸਾ ਉਹ ਵੀ ਰੋਟੀ ਟੁੱਕ ਖਾਂਦਾ ਹੀ ਹੈ, ਜੇ ਖੇਤ ਰੋਟੀ ਫੜਾਇਆ ਆਊਗਾ ਕੀ ਹੁੰਦਾ। ਤੇ ਨਾਲੇ ਮੈਂ ਤੈਨੂੰ ਇੱਕ ਹੋਰ ਕਹਿੰਦੀ ਸੀ। ਹਾਂ ਭੈਣੇ ਦੱਸ। ਊ ਤਾਂ ਲੱਗਦੀ ਤਾਂ ਤੂੰ ਬਹੁਤ ਸੋਹਣੀ ਹੈ। ਤੈਨੂੰ ਪਤਾ ਹੀ ਹੈ ਕਈ ਵਾਰ ਕੋਈ ਬੰਦਾ ਆਏ ਕਿਹੜਾ ਪਤਾ ਹੁੰਦਾ ਵੀ ਚੰਗਾ ਲੰਘਦਾ ਕਿ ਮਾੜਾ। ਸੌ ਭਾਂਤਾ ਬੰਦਾ ਲੰਘਦਾ, ਬਸ ਇੱਕ ਤਾਂ ਸਿਰ ਤੇ ਚੁੰਨੀ ਜੀ ਲੈ ਕੇ ਲੰਘਿਆ ਕਰ, ਠੀਕ ਆ। ਕੰਨਾ ਕੁੰਨਾ ਚ ਨਾ ਪਾਇਆ ਕਰ ਭੈਣੇ, ਜੇ ਸੁੰਨੀ ਗਲੀ ਚ ਕਿਸੇ ਨੇ ਕੰਨ ਪੱਟ ਲਏ ਅਗਲਾ ਤਾਂ ਐਂ ਕਹੂਗਾ ਵੀ ਭਾਈ ਚਾਚੇ ਗਏ ਉਹਨਾਂ ਦੇ ਤਾਏ ਕੇ ਜਾਂਦੀ ਸੀ ਤੇ ਉਹਨਾਂ ਨੇ ਕਿਸੇ ਬੰਦੇ ਨੂੰ CID ਸੀ ਵੀ ਭਾਈ ਇਹਨਾਂ ਦੇ ਰੋਜ਼ ਜਾਂਦੀ ਹੈ ਤੇ ਕੰਨ ਪੱਟ ਲਏ। ਚੱਲ ਕੋਈ ਗੱਲ ਨੀ ਭੈਣੇ, ਆ ਤਾਂ ਤੂੰ ਵਧੀਆ ਕੀਤਾ ਮੈਨੂੰ ਦੱਸਤਾ ਹਨਾ। ਮੇਰੇ ਤਾਂ ਇਹ ਗੱਲ ਨਾ ਦਿਮਾਗ ਚ ਹੈਨੀ ਸੀ, ਮੈਂ ਸੁਣੇ ਰਾਹ ਚ ਆਉਣੀ ਆ। ਦੇਖ ਸਾਡਾ ਤਾਂ ਪਹਿਲੇ ਇਹਨਾਂ ਹੱਥ ਤੰਗ ਚੱਲੀ ਜਾਂਦਾ, ਰੱਬ ਨਾ ਕਰੇ ਕਿਸੇ ਨੇ ਕੰਨ ਕੁੰਨ ਪੱਟ ਲਏ, ਆਹੀ ਆ ਸਾਡੇ ਪੱਲੇ ਦਾ ਹੁਣ। ਨਾਲੇ ਤੈਨੂੰ ਵੀ ਪਤਾ ਹੈ ਹੁਣ ਆਪਣੇ ਨਾ ਕਿਤੇ ਦਾ ਕੋਈ ਮੁੰਡਾ ਕੋਈ ਕਰਾ ਲੈਣ ਆ ਗਿਆ, ਕਿਤੇ ਕੋਈ ਸੰਦ ਸਿਹੜਾ ਪਾਉਣ ਆ ਗਿਆ। ਬਾਕੀ ਨਾ ਅਗਲਾ ਹੁਣ ਬੰਟੂ ਘਰੇ ਬੈਠਾ, ਬੰਦੇ ਦੇ 100 ਮਨ ਚ ਚੜਦੀ ਉਤਰਦੀ ਆ, ਆਏ ਕੀ ਪਤਾ ਉਂਗਲਾ ਲਾਉਣ ਵਾਲੇ ਬਥੇਰਾ ਕੁਛ ਕਹਿੰਦੇ ਹੁੰਦੇ ਆ। ਕੋਈ ਗੱਲ ਨੀ ਭੈਣੇ, ਕੱਲ ਤੋਂ ਨਾ ਮੈਂ ਲਾ ਕੇ ਆਉਂਗੀ ਟੌਪਸ ਜੇ, ਲਾ ਕੇ ਸਾਹਮਣੇ ਆਉਂਗੀ। ਮੈਂ ਕਹੂੰ ਬੰਟੂ ਘਰੇ ਤਾਂ ਹੁੰਦਾ, ਮੈਂ ਕਿ ਮੈਂ ਸਾਂਭ ਦਿੰਦੀ ਆ ਲਾ ਕੇ, ਮੈਨੂੰ ਭੈਣ ਨੇ ਕਿਹਾ। ਹਾਂ ਤੇ ਚੰਗਾ ਹੁਣ ਨਾ ਤੂੰ ਆਏ ਕਰ ਭੈਣ ਮੇਰੀ ਗੇ, ਆਟਾ ਤਾਂ ਤੂੰ ਗੁੰਨ ਕੇ ਆ ਗਈ ਹਨਾ। ਹਾਂ ਭੈਣੇ, ਤੇ ਤੂੰ ਨਾ ਰੋਟੀ ਥੱਪ ਲਾ ਤੇ ਮੈਂ ਨਾ ਮਿਰਚਾਂ ਜੀਆਂ ਵੇਖ ਕੇ ਲਿਆਉਣੀ ਆ ਤੇ ਮੈਂ ਨਾਲ ਚਟਨੀ ਕਰ ਦਿੰਦੀ। ਬਾਈ ਐ ਕਹਿੰਦਾ ਸੀ, ਕਹਿੰਦਾ ਸਬਜ਼ੀ ਤਾਂ ਹੁਣ ਜਿੰਨੇ ਦਿਨ ਤੂੰ ਇੱਥੇ ਕੰਮ ਕਰਦੀ ਆ ਨਾ ਤੂੰ ਹੀ ਬਣਾਈ, ਕਹਿੰਦਾ ਬਾਹਲੀ ਜ਼ਿਆਦਾ ਸਵਾਦ ਸੀਗੀ ਸਬਜ਼ੀ। ਚੱਲ ਮੈਂ ਲੱਗਦੀ ਆ ਭੈਣੇ ਰੋਟੀ। ਲੈ ਬਾਈ ਕਹਿੰਦਾ ਸਬਜ਼ੀ ਬਾਹਲੀ ਸਵਾਦ ਸੀ, ਕਿਉਂ ਮੈਂ ਬੇਸਵਾਦੀ ਬਣਾਉਣੀ ਆ? ਅੱਜ ਕੱਲ ਦੀ ਭੂਤ ਨੀ ਸੀ ਵਿਆਹ ਚ, ਅੱਜ ਜੇ ਇੱਕ ਦਿਨ ਇਹਦੀ ਸਬਜ਼ੀ ਬਣਾ ਤੀ ਤੇ ਇਹਦੇ ਮਤਲਬ ਇਹ ਤਾਂ ਨੀ ਵੀ ਇਹ ਬਾਹਲਾ ਚੰਗਾ ਰੋਟੀ ਟੁੱਕ ਬਣਾਉਂਦੀ ਆ। ਕੰਮ ਤਾਂ ਤੇਰੇ ਹੈਪੀ ਬੰਦਿਆ, ਮੈਂ ਹੀ ਆਉਂਗੀ, ਮੇਰੀਆਂ ਪੱਕੀਆਂ ਹੀ ਖਾਣੀਆਂ, ਇਹ ਤਾਂ 2-4 ਦਿਨ ਹੈ, ਕਿੰਨਾ ਕੁ ਚਿਰ ਖਾਈ ਚੱਲੇਗਾ। ਲੈ ਮਿਰਚਾਂ ਤੋੜ ਕੇ ਲਿਆਵਾਂ। ਫੁੱਲੀ ਫਿਰਦੀ ਆ ਖੁਸ਼ੀ ਨਾਲ ਵੀ ਬਾਈ ਮੈਨੂੰ ਸਲਾਹ ਗਿਆ।